ਸ਼ੁਰੂ ਕਰਨੇ ਆ ਜੀ ਪਤਨ ਤੇ ਬੀ ਪੰਜਾਬੀ ਜਿਹੜੀ ਐਪਲੀਕੇਸ਼ਨ ਤੁਸਾਂ ਪੜ੍ਹਨਾ ਹੈ ਉਹਦਾ ਨਾਮ ਹੈ ਵੈਪਤਨ ਤੇ ਇੱਥੋਂ ਤੁਸੀਂ ਇਜਾਜ਼ਮੇ ਕਰ ਸਕਦੇ ਹੋ ਲੇਕਿਨ ਜਿੰਨਾ ਚਿਰ ਤੁਹਾਡੀ ਤਿਆਰੀ ਹੋ ਨਹੀਂ ਜਾਂਦੀ ਇਜਾਜ਼ਮੇ ਕਰਨ ਦੀ ਜ਼ਰੂਰਤ ਨਹੀਂ ਜਿਸ ਟਾਈਮ ਤੁਸੀਂ ਖੁਦ ਆਪ ਤਿਆਰੀ ਕਰਨੀ ਹੈ ਤੇ ਤੁਸੀਂ ਇਹ ਦੂਸਰਾ ਆਪਸ਼ਨ ਖੋਲਣਾ ਹੈ ਐਜ਼ਰ ਚੀਸਿਓ ਪੈਰਰਗੋਮਨ ਤੋਂ ਜਿਸ ਟਾਈਮ ਮੈਂ ਪੜਾ ਰਿਹਾ ਹੋਣਾ ਹੈ ਜਾਂ ਤੁਸੀਂ ਇਸ ਵੀਡੀਓ ਦੇਖ ਕੇ ਪੜ੍ਹ ਰਹੇ ਹੋਣੇ ਹੋ ਤੇ ਫਿਰ ਤੁਸੀਂ ਐਸ ਸਲੂਸ਼ਨਾਂ ਦੇ ਕੁਇਜ਼ ਖੋਲਣਾ ਹੈ ਤੀਸਰਾ ਆਪਸ਼ਨ ਠੀਕ ਹੈ ਜੀ ਚਲ ਇੱਕ ਵਾਰੀ ਅਦਰ ਚੀਜ਼ੀਓ ਪਰ ਆ ਗੋ ਮੈਂ ਤੁੜਾ ਚੈੱਕ ਕਰ ਲੈਂ ਨੀਆ ਕਿ ਕਿਸ ਤਰ੍ਹਾਂ ਇਹ ਕਰਨਾ ਹੁੰਦਾ ਐ ਦੂਸਰਾ ਆਪਸ਼ਨ ਖੋਲਿਆ ਐ ਪੇਜ ਨੰਬਰ ਆਇਆ ਠੀਕ ਐ ਇਹ ਦੂਸਰਾ ਆਪਸ਼ ਇਹ ਦੂਸਰਾ ਜਿਹੜਾ ਲੈਸਨ ਐ ਉਹ ਆਇਆ ਐ ਪੇਜ ਨੰਬਰ ਐ 59 ਵੇ ਲੇਕਿਨ ਅਸਾਂ ਸ਼ੁਰੂ ਕਰਨਾ ਐ ਪਹਿਲੇ ਤੋਂ ਇੱਥੋਂ ਤੁਸੀਂ ਪੇਜ ਅੱਗੇ ਕਰ ਸਕਦੇ ਹੋ ਪਿੱਛੇ ਕਰ ਸਕਦੇ ਹੋ ਇੱਥੋਂ ਜੇ ਡਾਇਰੈਕਟ ਕੋਈ ਨੰਬਰ ਸਿਲੈਕਟ ਕਰਨਾ ਹੋਵੇ ਠੀਕ ਐ ਜੀ ਅਸੀਂ ਹੁਣ ਜਾਵਾਂ ਦੇ ਦੁਬਾਰਾ ਪਹਿਲੇ ਤੇ ਓਕੇ ਕੀਤਾ ਵੇਖੋ ਚੈਪਟਰ ਲੈਸਨ ਵੀ ਆ ਗਿਆ ਪਹਿਲਾਂ ਉੱਪਰ ਪੇਜ ਨੰਬਰ ਵੀ ਆ ਗਿਆ ਇਹ ਗੱਲ ਕਰਦਾ ਸਤਰਾ ਦੇ ਦੀ ਸਿਰਫ ਇਹ ਦੱਸਣੇ ਵਾਸਤੇ ਕਰ ਰਿਹਾ ਤੁਸੀਂ ਇੱਕ ਵਾਰੀ ਕਲਿੱਕ ਕਰਨਾ ਹੈ ਤੇ ਫਿਰ ਉਹ ਹੋ ਜਿਹਦਾ ਵੀ ਮਤਲਬ ਵੀਰੋ ਦੂਸਰੀ ਵਾਰੀ ਫਿਰ ਇਹਨੂੰ ਕਲਿੱਕ ਕਰੋ ਤੇ ਐਫ ਹੋ ਜਦਾ ਐਫ ਮਤਲਬ ਫਾਲਸ ਉਹ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਸਵਾਲ ਪੜ੍ਹ ਕੇ ਉਸਾਂ ਕਰ ਦੇਣਾ ਹੈ ਇੱਕ ਵਾਰੀ ਅਸੀਂ ਉਹਨਾਂ ਜੀ ਬਿਨਾ ਵਿਵੇਖਿਆਤਕ ਕੇ ਕਰ ਦਿੰਨੇ ਆ ਤੇ ਜਿਸਨ ਸਾਰੇ ਕਾਲੇ ਤੁਸੀਂ ਕਰਨਾ ਹੈ ਕੋਰੇ ਜੀ ਐਡਾ ਖੱਬੀ ਸਾਈਡ ਤੇ ਲਿਖਿਆ ਆਈ ਆਈ ਕੋਤਰੇ ਰੋਨੀ ਦੱਸੇ ਨੇ ਜਿਹੜੇ ਗ੍ਰੀਨ ਨੇ ਵੇਰ ਦੇ ਆਏ ਨੇ ਉਹ ਮਤਲਬ ਸਾਡੇ ਜਵਾਬ ਠੀਕ ਹੋਏ ਨੇ ਜਿਹੜੇ ਰੋਸੋ ਆਏ ਨੇ ਉਹ ਜਵਾਬ ਗਲਤ ਹੋਏ ਨੇ ਠੀਕ ਹੈ ਜੀ ਸਹੀ ਤਿਆਰੀ ਜਿਹੜੀ ਹੈ ਇਹ ਹੈ ਇਹ ਤੁਸੀਂ ਇਹਨੂੰ ਬਾਰ-ਬਾਰ ਰਿਪੀਟ ਕਰਦੇ ਰਹੋ ਤੇ ਤੁਹਾਡਾ ਆਪਣੇ ਆਪ ਬੜੀ ਜਲਦੀ ਕਲੀਅਰ ਹੋ ਜਾਏਗਾ ਤੇ ਕੋਸ਼ਿਸ਼ ਕਰਨੀ ਹੈ ਜਿੰਨੀ ਦੇਰ ਇੱਕ ਪੇਜ ਤੋਂ ਗਲਤੀ ਜ਼ੀਰੋ ਨਹੀਂ ਹੋ ਜਾਂਦੀ ਤੇ ਅਗਲੇ ਪੇਜ ਤੇ ਨਹੀਂ ਜਾਣਾ ਜਿਹੜਾ ਸਵਾਲ ਗਲਤ ਹੁੰਦਾ ਹੈ ਉਹਨੂੰ ਇੱਕ ਵਾਰੀ ਰਿਪੀਟ ਕਰਨਾ ਹੈ ਪੜ੍ਹਨਾ ਹੈ ਤੇ ਫਿਰ ਬੜੇ ਘੱਟ ਚਾਂਸ ਹੁੰਦੇ ਨੇ ਕਿ ਉਹ ਸਵਾਲ ਗਲਤ ਹੋਵੇ ਤੇ ਉਹਦੀ ਸਮਝ ਵੀ ਬੜੀ ਹੱਦ ਤੱਕ ਆ ਜਾਂਦੀ ਹੈ ਠੀਕ ਹੈ ਜੀ ਹੁਣ ਅਸੀਂ ਦੁਬਾਰਾ ਅਸੀਂ ਖੋਲਾਂਗੇ ਤੀਸਰਾ ਆਪਸ਼ਨ ਸਲੂਸ਼ਨ ਦੇ ਕੁਇਜ਼ ਇੱਥੇ ਗੱਲ ਕਰਨ ਲੱਗਾ ਜੀ ਇਸਤਰਾ ਦੇ ਦੀ ਇਸਤਰਾ ਦਾ ਮਤਲਬ ਸੜਕ ਦੱਸਣ ਲੱਗਾ ਕਿ ਇਸਤਰਾ ਦਾ ਕੀ ਹੁੰਦਾ ਹੈ ਸੜਕ ਕੀ ਹੁੰਦੀ ਹੈ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਹੈ ਤੇ ਕਿਸ ਤਰ੍ਹਾਂ ਦੀ ਸੜਕ ਹੋ ਸਕਦੀ ਹੈ ਇੱਕ ਵਾਰ ਤਸਵੀਰ ਅਸੀਂ ਵੇਖ ਲੈਂਦੇ ਆ ਸੜਕ ਦੀ ਐ ਜਿਹੜੀ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ ਇਹ ਪੂਰੀ ਨੂੰ ਇਸਤਰਾ ਦਾ ਆਖਦੇ ਨੇ ਤੇ ਇਹ ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ ਖੱਬੀ ਸਾਈਡ ਤੇ ਮਾਰਚਾ ਪੇ ਦੇ ਫੁੱਟਪਾਥ ਜਿਹੜਾ ਪੈਦਲ ਚੱਲਣ ਦਾ ਰਸਤਾ ਹੁੰਦਾ ਉਹਨੂੰ ਮਾਰਸ਼ਾ ਪੇ ਦੇ ਆਖਦੇ ਨੇ ਸੜਕ ਐ ਸਾਰਾ ਕੁਝ ਸੜਕ ਵਿੱਚ ਹੁੰਦਾ ਹੈ ਅੱਗੇ ਨਾਲ ਵੇਖੋ ਪਿਸਤਾ ਚਿਕਲਾ ਬਿਲੇ ਸਾਈਕਲ ਦਾ ਰਸਤਾ ਐ ਵੀ ਇਹ ਦੇ ਵਿੱਚ ਹੁੰਦਾ ਹੈ ਇਹ ਜਿਹੜਾ ਵੀ ਅੱਗੋਂ ਸੌਰੀ ਇੱਕ ਗੱਲ ਦੱਸਣੀ ਯਾਦ ਨਹੀਂ ਰਹੀ ਕਿ ਸੜਕ ਸੈਂਸੋ ਉਨਿਕੋ ਵੀ ਹੁੰਦੀ ਏ ਦੋ ਪੀਓ ਸੈਂਸੋ ਵੀ ਹੋ ਸਕਦੀ ਏ ਸੈਂਸੋ ਉਨਿਕੋ ਮਤਲਬ ਸਿਰਫ ਜਾਂ ਜਿਹੜੀ ਸਿਰਫ ਜਾਣ ਵਾਸਤੇ ਹੋਵੇ ਜਾਂ ਸਿਰਫ ਆਉਣ ਵਾਸਤੇ ਹੋਵੇ ਉਹ ਸੜਕ ਨੂੰ ਸੈਂਸੋ ਉਨਿਕ ਕਹਿੰਦੇ ਨੇ ਜਿਹੜੀ ਸੜਕ ਦੇ ਉੱਤੇ ਟ੍ਰੈਫਿਕ ਆਉਂਦੀ ਵੀ ਹੋਵੇ ਜਾਂਦੀ ਵੀ ਹੋਵੇ ਤੇ ਉਹਨੂੰ ਦੋ ਪੀਓ ਸੈਂਸ ਵਾਸਦੇ ਨੇ ਠੀਕ ਹੈ ਜੀ ਇਹਦਾ ਮਤਲਬ ਹੋ ਗਿਆ ਕਿ ਸੜਕ ਸੈਂਸੋਨਿਕੋ ਵੀ ਹੋ ਸਕਦੀ ਏ ਦੋ ਪੀਓ ਸੈਂਸੋ ਵੀ ਹੋ ਸਕਦੀ ਏ ਤੇ ਸੜਕ ਜਿਹੜੀ ਏ ਕਰੇਜਾਤਾਂ ਵਿੱਚ ਡਿਵਾਈਡ ਵੀ ਹੋ ਸਕਦੀ ਏ ਤਕਸੀਮ ਵੀ ਹੋ ਸਕਦੀ ਏ ਇੱਕ ਸੜਕ ਉੱਤੇ ਇੱਕ ਕਰੇਜਾਤਾ ਵੀ ਹੋ ਸਕਦਾ ਏ ਦੋ ਵੀ ਹੋ ਸਕਦੇ ਨੇ ਤਿੰਨ ਵੀ ਹੋ ਸਕਦੇ ਨੇ ਚਾਰ ਵੀ ਹੋ ਸਕਦੇ ਨੇ ਐਸਾ ਤਸਵੀਰ ਵਿੱਚ ਤੁਹਾਨੂੰ ਦੋ ਕਰੇਜਾਤੇ ਨਜ਼ਰ ਆ ਰਹੇ ਨੇ ਠੀਕ ਹੈ ਜੀ ਇਹ ਇੱਥੋਂ ਲੱਗ ਕੇ ਤੇ ਇੱਥੋਂ ਤੱਕ ਇਹ ਇੱਕ ਕਰੇਜਾਤਾ ਐ ਇਹਦੇ ਵਿੱਚ ਵਿਚਾਰਿਆ ਠੀਕ ਹੈ ਜੀ एक करे जाता है दूसरा करे जाता इथ लग के दूसरा करे जाता अगे दे कुरसी ए एक कुर्सी अगर दूसरे घर जात फिर एक कुर्सी आ फिर दूसरा कुर्सी आ सेंटर बनी जी लगी है इन आखते हैं स्पारती त्राफिको स्पार्थी त्राफिक जो तो सेंटर बनी होंगी है वह स्पार्थी त्राफिको आखते हैं ਅੱਗੇ ਫਿਰ ਦੇਖੋ ਜੀ ਦੂਸਰੇ ਘਰੇ ਜਾ ਤੱਕ ਵੀ ਸਾਈਡ ਤੇ ਵੇਖੋ ਕੁਰਸੀ ਆ ਦੀ ਐਮਰਜੈਂਸੀ ਜਿੱਥੇ ਗੱਡੀ ਖਲੋਤੀ ਏ ਇਹਦਾ ਕੋ ਬੋਨਟ ਖੁੱਲੇ ਆ ਠੀਕ ਹੈ ਜੀ ਤੇ ਇਹ ਕਿਉਂ ਖਲੋਤੀ ਖਰਾਬ ਹੋ ਗਈ ਏ ਇਸ ਕੁਰਸੀ ਇਹਨੂੰ ਕੁਰਸੀ ਆ ਦੀ ਐਮਰਜੈਂਸੀ ਆਸ ਦੇਣ ਐਲ ਇਹ ਆ ਵੀ ਏ ਅਗਰ ਦਿਖਾਈ ਨਹੀਂ ਸਹੀ ਦੇ ਰਿਹਾ ਹੋਣਾ ਤੇ ਇਹ ਤੁਸੀਂ ਸਿਰਫ ਐਮਰਜੈਂਸੀ ਵਾਸਤੇ ਯੂਜ਼ ਕਰ ਸਕਦੇ ਜਦੋਂ ਗੱਡੀ ਖਰਾਬ ਹੋ ਜਾਵੇ ਜਾਂ ਕੋਈ ਬੰਦਾ ਬਿਮਾਰ ਹੋ ਜਾਵੇ ਸਿਰਫ ਉਦੋਂ ਯੂਜ਼ ਕਰ ਸਕਦੇ ਹੋ ਨਾਰਮਲ ਲਾਦਵੇ ਤੁਸੀਂ ਇਸ ਲੈਂਡ ਨੂੰ ਕੰਟੀਨਿਊ ਲੈਂਡ ਨੂੰ ਕਰਾਸ ਨਹੀਂ ਕਰ ਸਕਦੇ ਮਤਲਬ ਐਸ ਸਾਈਡ ਤੇ ਨਹੀਂ ਜਾ ਸਕਦੇ ਠੀਕ ਹੈ ਜੀ ਅੱਗੇ ਇਸ ਤੋਂ ਖੱਬੀ ਇਸ ਤੋਂ ਸੱਜੀ ਸਾਈਡ ਤੇ ਬੰਕੀਨਾ ਇਹਨੂੰ ਬੰਕੀਨਾ ਆਖਦੇ ਨੇ ਇਹ ਕਿਹੜੀ ਜਗ੍ਹਾ ਜਿਹੜੀ ਸੜਕ ਦੀ ਸਾਈਡ ਤੋਂ ਥੋੜੀ ਜੀ ਸਾਈਡ ਤੇ ਥੋੜੀ ਜਗ੍ਹਾ ਬਚੀ ਹੁੰਦੀ ਹੈ ਉਹਨੂੰ ਬੰਕੀਨਾ ਆਖਦੇ ਨੇ ਚਲੋ ਜੀ ਇਹ ਕਿਆ ਚੀਜ਼ ਪਾ ਲੱਗੀ ਕਿ ਇਹਦੇ ਵਿੱਚ ਮਾਰਚਾ ਪੇ ਦੇ ਵੀ ਹੁੰਦਾ इस तरह चलाबली भी होंगे जातिया भी डिवाइड होंगी है सैन सोनिक भी होंगी दोपियो सैनस भी होंगी कुर्सिया एमरजेंसा भी होंगे बंकीना भी होंगे सड़क के चलो जी हम पढ़ लिने पहला सवाल जी लास्त्रा सड़क पोए हो सकती है सुदवीजा डिवाइड तकसीम इन करे जाते करे जातिया वेरो वेख्या तस्वीरे दो करे जात करे जाता पिछले वेख्या सुदविजा डिवाइड तकसीम ਇਸ ਸਰੇ ਮਤਲਬ ਹੁੰਦਾ ਹੋਣਾ ਪੋ ਹੁੰਦਾ ਸਕਨੇ ਵਿੱਚ ਪੋ ਇਸ ਸਰੇ ਮਤਲਬ ਹੋ ਸਕਦਾ ਸੁਦਵੀ ਦਾ ਡਿਵਾਈਡ ਲਸਤਰਾ ਦਾ ਸੜਕ ਪੋ ਕੰਪਰੇਂਦਰ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਲੇ ਪੀਸਤੇ ਚਿਕਲਾਬਲੀ ਸਾਈਕਲ ਦੇ ਰਸਤੇ ਵੇਰੋ ਪੀਸਤੇ ਚਿਕਲਾਬਲੀ ਸਾਈਕਲ ਦਾ ਰਸਤਾ ਸਾਈਡਾਂ ਤੇ ਹੁੰਦਾ ਉਹਨੂੰ ਆਖਦੇ ਨੇ ਕੰਪਰੇਂਦਰ ਇਹ ਸ਼ਾਮਲ ਪੋ ਦੱਸਿਆ ਸੀ ਕਿ ਸਕਨੇ ਵਿੱਚ ਹੁੰਦਾ ਪੋ ਕੰਪਰੇਂਦਰ ਮਤਲਬ ਸ਼ਾਮਲ ਹੋ ਸਕਦੇ ਨੇ ਲੇ ਪੀਸਤੇ ਚਿਕਲਾਬਲੀ ਸਾਈਕਲ ਦੇ ਰਸਤੇ ਸਤਰਾ ਦਾ ਮਤਲਬ ਸੜਕ ਹੁੰਦਾ ਉਹ ਸਮਝ ਲੱਗ ਗਈ ਹੋਣੀ ਹੈ ਲਸਤਰਾ ਦਾ ਸੜਕ ਓਐਸਰੇ ਹੋ ਸਕਦੀ ਏ ਸੈਨ ਸੋਨੀ ਕੋ ਦਿਚਰ ਪ੍ਰੈਸੀਓ ਨੇ ਇੱਕ ਤਰਫ ਚੱਲਨੇ ਵਾਲੀ ਮੇਰੋ ਜੇ ਸੜਕ ਦੇ ਉੱਤੇ ਟ੍ਰੈਫਿਕ ਇੱਕ ਤਰਫ ਜਾਵੇ ਉਸ ਸੜਕ ਨੂੰ ਸੈਂਸੋ ਉਨੀਕੋ ਦੀ ਸਰਕੂਲੇਸ਼ਨ ਯਾਹ ਦੇ ਸੈਂਸੋ ਮਤਲਬ ਦਾ ਤਰਫ ਵੱਲ ਉਨੀਕੋ ਇੱਕ ਦੀ ਸਰਕੂਲੇਸ਼ਨ ਮਤਲਬ ਚੱਲਣਾ ਸੈਂਸੋ ਉਨੀਕੋ ਸਰਕੂਲੇਸ਼ਨ ਇੱਕ ਤਰਫ ਚੱਲਣਾ ਲਾਸਟਰਾ ਦਾ ਸੜਕ ਪੋਇਸਰੇ ਹੋ ਸਕਦੀ ਹੈ ਦੋਪੀਓ ਸੈਂਸੋ ਸਰਕੂਲੇਸ਼ਨ ਦੋਨਾਂ ਤਰਫ ਚੱਲਣ ਵਾਸਤੇ ਵੇਰੋ ਦੋਪੀਓ ਮਤਲਬ ਦਾ ਡਬਲ ਲਾ ਸਟਰਾਦਾ ਸੜਕ ਇਹ ਅਪੈਰ ਤਾ ਖੁੱਲੀ ਏ ਆਲਾ ਸਰਕੂਲੇਸ਼ਨੇ ਚੱਲਨੇ ਦੇ ਲਈ ਦੇ ਪੈਦੌਨੀ ਪੈਦਲ ਦੇ ਦੇ ਲਈ ਅਨੀਮਾਲੀ ਜਾਨਵਰਾਂ ਦੇ ਇਹ ਦੇ ਵਾਈ ਕੋਲੀ ਤੇ ਗੱਡੀਆਂ ਦੇ ਵੇਰੋ ਜੀ ਵਾਈ ਕੋਲੀ ਗੱਡੀਆਂ ਨੂੰ ਆਖਦੇ ਨੇ ਲਾਸਟਰਾਦਾ ਸੜਕ ਨੌਨ ਕੰਪ੍ਰੇਨ ਦੇ ਕਹਿੰਦੇ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਲੈ ਬੰਕੀ ਨੇ ਬੰਕੀ ਨੇੜੇ ਨੇ ਫਾਲਸੋ ਬੰਕੀਨਾ ਕਿਹੜੀ ਜਗ੍ਹਾ ਜਿਹੜੀ ਸੜਕ ਦੀ ਸਾਈਡ ਥੋੜੀ ਜਿਹਾ ਜਗ੍ਹਾ ਬਚੀ ਦੀ ਉਹਨੂੰ ਬੰਕੀਨਾ ਆਖਦੇ ਨੇ ਤਸਵੀਰ ਵਿੱਚ ਵੇਖ ਕੈਸੀ ਕਿ ਬੰਕੀਨਾ ਵੀ ਸੜਕ ਦੇ ਵਿੱਚ ਹੀ ਹੁੰਦਾ ਕੰਪ੍ਰੇਨ ਦੇ ਮਤਲਬ ਵੀ ਸ਼ਾਮਲ ਨੌਨ ਦਾ ਮਤਲਬ ਹੁੰਦਾ ਨਹੀਂ ਨਾਨ ਕੰਪਰੈਂਸ ਦੇ ਸ਼ਾਮਲ ਨਹੀਂ ਇਹ ਬੰਕੀ ਨੇ ਬੰਕੀ ਨੇ ਇਹਨਾਂ ਫਾਲਸੋ ਲਾਸਟਰਾ ਦਾ ਸੜਕ ਇਹ ਰਿਜ਼ਰਵਾਤ ਆ ਕਹਿੰਦਾ ਸੜਕ ਰਿਜ਼ਰਵ ਹੈ ਆਲਾ ਚਿਰਕੁਲਾਸੀਓ ਨੇ ਚੱਲਣੇ ਦੇ ਲਈ ਦੇ ਸੋਲੀ ਆਟੋ ਵਹੀਕਲ ਸਿਰਫ ਗੱਡੀਆਂ ਦੇ ਇਹ ਮੋਟਰਸਾਈਕਲੀ ਤੇ ਮੋਟਰਸਾਈਕਲਾਂ ਦੇ ਫਾਲਸੋ ਸਿਰਫ ਗੱਡੀਆਂ ਜਾਂ ਮੋਟਰਸਾਈਕਲਾਂ ਵਾਸਤੇ ਰਿਜ਼ਰਵ ਨਹੀਂ ਹੁੰਦੀ ਸੜਕ ਪੈਦਲ ਵਾਸਤੇ ਵੀ ਹੁੰਦੀ ਹੈ ਜਾਨਵਰਾਂ ਵਾਸਤੇ ਵੀ ਇਹ ਕਹਿ ਰਿਹਾ ਸੋਲੀ ਮਤਲਬ ਸਿਰਫ ਗੱਡੀਆਂ ਵਾਸਤੇ ਸਿਰਫ ਮੋਟਰਸਾਈਕਲਾਂ ਵਾਸਤੇ ਫਾਲਸੋ ਚਿਰਕੁਲਾਸੀਓ ਨੇ ਮਤਲਬ ਚੱਲਣਾ ਰਿਜ਼ਰਵਾਤਾ ਰਿਜ਼ਰਵ ਲਾ ਸਟਰਾਦਾ ਸੜਕ ਇਹ ਨਾਰਮਲਮੈਂਟ ਆਮ ਤੌਰ ਤੇ ਰਿਜ਼ਰਵਾਤਾ ਰਿਜ਼ਰਵੇ ਅਲਾ ਚਿਰਕੁਲਾਸੀਓ ਨੇ ਚੱਲਣ ਦੇ ਲਈ ਦੇਈ ਸੋਲੀ ਸਿਰਫ ਵਹੀਕਲੀ ਗੱਡੀਆਂ ਦੇ ਇਹ ਅਨਿਮਾਲੀ ਤੇ ਜਾਨਵਰਾਂ ਦੇ ਫਾਲਸੋ ਫਿਰ ਉਹ ਮੋਟਰਸਾਈਕਲ ਛੱਡ ਗਿਆ ਪੈਦਲ ਨੂੰ ਛੱਡ ਗਿਆ ਇੱਥੇ ਕਹ ਰਿਹਾ ਸਿਰਫ ਗੱਡੀਆਂ ਵਾਸਤੇ ਤੇ ਅਨਿਮਾਲੀ ਜਾਨਵਰਾਂ ਵਾਸਤੇ ਫਾਲਸੋ ਨਾਰਮਲਮੈਂਟ ਮਤਲਬ ਆਮ ਤੌਰ ਤੇ ਰਿਜ਼ਰਵਾਤਾ ਰਿਜ਼ਰਵ ਲਾਸਟਰਾਦਾ ਸੜਕ ਨਾਨ ਕੰਪ੍ਰੇਨ ਦੇ ਇਹਦੇ ਵਿੱਚ ਸ਼ਾਮਲ ਨਹੀਂ ਇਮਾਰਚੀਆ ਪੇ ਦੀ ਫੁੱਟਪਾਥ ਫਾਲਸੋ ਜੀ ਦੇ ਫੁੱਟਪਾਥ ਵਿੱਚ ਹੀ ਹੁੰਦੇ ਨੇ ਲਾਸਟਰਾਦਾ ਸੜਕ ਕੁਆਲਸੀਸੀ ਆਰੀਆਸ ਫਲਤਾ ਤਾਂ ਕਿ ਨਾ ਕੋਈ ਵੀ ਕੁਆਲਸੀਸੀ ਕੋਈ ਵੀ ਆਰੀਆ ਏਰੀਆ ਜਗਾ ਅਸਫਲਤਾ ਤੜੀ ਪੱਕੀ ਹੁੰਦੀ ਹੈ ਲਿਮੀਟਾਤਾ ਲੈਟਰਲਮੈਂਟੇ ਤੇ ਸਾਈਡਾਂ ਤੇ ਹੱਦਬੰਦੀ ਕੀਤੀ ਜਾਂਦੀ ਹੈ ਦੈਲੀ ਅਤਰਾਵਰਸਮੈਂਤੀ ਪੇਡੋਨਾਲੀ ਜ਼ੈਬਰਾ ਕ੍ਰਾਸਿੰਗ ਦੇ ਫਾਲਸੋ ਅਤਰਾਵਰਸਮੈਂਤੀ ਪੇਡੋਨਾਲੀ ਕਿਨੂ ਆਦਨੇ ਜ਼ੈਬਰਾ ਕ੍ਰਾਸੀ ਨੂੰ ਜਿਹੜੀਆਂ ਲੈਣਾ ਜੀਆਂ ਲੱਗੀਆਂ ਹੁੰਦੀਆਂ ਨੇ ਜਿਨ੍ਹਾਂ ਤੋਂ ਪੈਦਲ ਸੜਕ ਕ੍ਰਾਸ ਕਰਦੇ ਨੇ ਉਹਨੂੰ ਅਟਰਾਵਰਸਮੈਂਤੀ ਪੈਡੋਨਾਲੀ ਆਦਲੇ ਪੈਡੋਨਾਲੀ ਠੀਕ ਹੈ ਜੀ ਤੇ ਉਹ ਹੁੰਦੀ ਹੈ ਸੜਕ ਦੇ ਸੈਂਟਰ ਵਿੱਚ ਇਹ ਕਹਿ ਰਿਹਾ ਲੈਟਰਲ ਮੈਨ ਤੇ ਲੈਟਰਲ ਮੈਂ ਤੇ ਆਦਨੇ ਸਾਈਡਾਂ ਨੂੰ ਲਿਮਿਟਾਤਾ ਦਾ ਮਤਲਬ ਹੱਦਬੰਦੀ ਕਰਨਾ ਅਸਫਲਤਾਤਾ ਪੱਕਾ ਆਰੀਆ ਏਰੀਆ ਜਗ੍ਹਾ ਕੋਆਲਸੀਆਸੀ ਮਤਲਬ ਕੋਈ ਵੀ ਫਾਲਸੋ ਗਲਤ ਕਿਉਂ ਆ ਕਹਿੰਦੇ ਸਾਈਡਾਂ ਦੇ ਅਟਰਾਵਰਸਮੈਂਤੀ ਪੈਡੋਨਾਲੀ ਹੁੰਦੀ ਹੈ ਫਾਲਸੋ ਜੀ ਸਾਈਡਾਂ ਤੇ ਨਹੀਂ ਹੁੰਦੀ ਐ ਸੈਂਟਰ ਦੇ ਵਿੱਚ ਹੁੰਦੀ ਹੈ ਅੱਗੇ ਜੀ ਹੁਣ ਪੇਜ ਨੰਬਰ ਆ ਗਿਆ 2 ਇਹ ਵੇਖੋ 2 ਤੇ ਹੁਣ ਗੱਲ ਕਰਨ ਲੱਗੇ ਸੀ ਕਰੇਜਾ ਤੇ ਦੀ ਕਰੇਜਾ ਤਾਂ ਵੀ ਤਸਵੀਰ ਵਿੱਚ ਵੇਖਿਆ ਸੀ ਕੀ ਹੁੰਦਾ ਇੱਕ ਵਾਰੀ ਦੁਬਾਰਾ ਫਿਰ ਵੇਖ ਲੈਣੇ ਆ ਐ ਜੀ ਵੇਖੋ ਕਰੇਜਾ ਜਿਹੜਾ ਵੇ ਇੱਥੋਂ ਲਾ ਕੇ ਤੇ ਇੱਥੋਂ ਤੱਕ ਹੁੰਦਾ ਇਹਦੇ ਵਿੱਚ ਵਿੱਚ ਕਰੇਜਾ ਤਾਂ ਵੇ ਤੇ ਕਰੇਜਾ ਦਾ ਵੀ ਹੋਈ ਸਾਬੇ ਕਿੱਕ ਕਰੇ ਜਾਂਦਾ ਸੈਨਸੋ ਉਨਿਕੋ ਵੀ ਹੋ ਸਕਦਾ ਹੈ ਤੇ ਦੋ ਪੀਓ ਸੈਨਸੋ ਵੀ ਹੋ ਸਕਦਾ ਹੈ ਮਤਲਬ ਇਹ ਸਿਰਫ ਜਾਣ ਜਾਣ ਵਾਸਤੇ ਜਾਂ ਸਿਰਫ ਆਉਣ ਵਾਸਤੇ ਵੀ ਹੋ ਸਕਦਾ ਹੈ ਜਾਂ ਆਉਣ ਵਾਸਤੇ ਵੀ ਹੋ ਸਕਦਾ ਹੈ ਤੇ ਜਾਣ ਵਾਸਤੇ ਵੀ ਹੋ ਸਕਦਾ ਹੈ ਠੀਕ ਹੈ ਜੀ ਇਹ ਕੁਰਸੀਆਂ ਵਿੱਚ ਡਿਵਾਈਡ ਹੋ ਸਕਦਾ ਹੈ ਇਹਦੇ ਵਿੱਚ ਕੁਰਸੀ ਹੀ ਹੋ ਸਕਦੇ ਨੇ ਇਹ ਵੇਖੋ ਇੱਕ ਕੁਰਸੀ ਆ ਦੋ ਕੁਰਸੀ ਆ ਇੱਕ ਕਰ ਜਾਂ ਤੇ ਦੋ ਕੁਰਸੀ ਇਹ ਨੇ ਠੀਕ ਹੈ ਜੀ ਇਹਦੇ ਵਿੱਚ ਨਾਰਮਲ ਚੱਲਣ ਵਾਲਾ ਕੁਰਸੀ ਆ ਵੀ ਹੋ ਸਕਦਾ ਹੈ ਓਵਰਟੇਕ ਵਾਲਾ ਵੀ ਕੁਰਸੀ ਆ ਹੋ ਸਕਦਾ ਓਵਰਟੇਕ ਵਾਸਤੇ ਨਾਰਮਲ ਚੱਲਣ ਵਾਲਾ ਕਿਹੜਾ ਕੁਰਸੀ ਆ ਨਾਰਮਲ ਇੱਥੇ ਪਤਾ ਹੈ ਇਟਲੀ ਵੇ ਸੱਜੀ ਸਾਈਡ ਤੇ ਟ੍ਰੈਫਿਕ ਚੱਲਦੀ ਏ ਤੇਰਾ ਸੱਜੀ ਸਾਈਡ ਤੇ ਕੁਰਸੀ ਆ ਹੁੰਦਾ ਜਿਸ ਤਰ੍ਹਾਂ ਐ ਵੇ ਇਹਨੂੰ ਨਾਰਮਲ ਚੱਲਣ ਵਾਸਤੇ ਕੁਰਸੀਆ ਗਿਣਿਆ ਜਾਂਦਾ ਜਾਂ ਆਖਿਆ ਜਾਂਦਾ ਜਿਹੜਾ ਖੱਬੀ ਲੈਫਟ ਸਾਈਡ ਤੇ ਹੁੰਦਾ ਇਹਨੂੰ ਓਵਰਟੇਕ ਵਾਸਤੇ ਆਖਦੇ ਨੇ ਮਤਲਬ ਸਰਪਾਸੋ ਵਾਸਤੇ ਠੀਕ ਹੈ ਜੀ ਆਗੋਂ ਇਹ ਵੇਖ ਲਓ ਬਾਕੀ ਚੀਜ਼ਾਂ ਇਹ ਤੂੰ ਬਾਹਰ ਨਹੀਂ ਕਰੇ ਜਾਤਾ ਬੰਕੀ ਨਾ ਇਹਦੇ ਤੂੰ ਬਾਹਰ ਕਿਉਂ ਕਰੇ ਜਾਤਾ ਇਤਨਾ ਇਤਨਾ ਇੱਥੋਂ ਲੱਗ ਕੇ ਤੇ ਇਤਨਾ ਕੁਰਸੀਆ ਦੀ ਐਮਰਜੈਂਸੀ ਹੈ ਇਹ ਤੂੰ ਬਾਹਰ ਹੈ ਅੱਗੇ ਦੂਸਰੀ ਸਾਈਡ ਤੇ ਆਜੋ ਖੱਬੇ ਮਾਰਚਾ ਪੇ ਦੇ ਫੁੱਟਪਾਥ ਇਹ ਤੂੰ ਬਾਹਰ ਹੈ ਪਿਸਤਾ ਚਿਕਲਾਬਲੇ ਸਾਈਕਲ ਦਾ ਰਸਤਾ ਇਹ ਸੂ ਬਾਹਰ ਹੈ ਇਹਦੇ ਵਿੱਚ ਨਹੀਂ ਹੁੰਦਾ ਠੀਕ ਹੈ ਜੀ ਲੱਕਰੇ ਜਾਤਾ ਪੋਏ ਸਰੇ ਹੋ ਸਕਦਾ ਹੈ ਸੈਨਸੋਨਿਕ ਪ੍ਰੋਗਰੈਸ਼ਨ ਨੇ ਇੱਕ ਤਰਫ ਚੱਲਣ ਵਾਸਤੇ ਵੇਰੋ ਲੱਕਰੇ ਜਾਤਾ ਪੋਇਸਰੇ ਹੋ ਸਕਦਾ ਹੈ ਦੋਪੀਓ ਸੈਂਸ ਹੋਇ ਚੁਪਾ ਸੇ ਮਤਲਬ ਦੋਨਾਂ طرف ਚੱਲਣ ਵਾਸਤੇ ਵੇਰੋ ਲੱਕਰੇ ਜਾਤਾ ਪੋਇਸਰੇ ਹੋ ਸਕਦਾ ਹੈ ਸੂਧਵੀਜ਼ਾ ਡਿਵਾਈਡ ਤਕਸੀਮ ਇਨ ਕੁਰਸੀਏ ਕੁਰਸੀਆਂ ਦੇ ਵਿੱਚ ਕੁਰਸੀਏ ਟਰੈਕ ਵੇਰੋ ਤਸਵੀਰیں ਵੇਖਿਆ ਸੀ ਕਿ ਕੁਰਸੀਆਂ ਡਿਵਾਈਡ ਹੋ ਸਕਦਾ ਹੈ ਲੱਕਰੇ ਜਾਤਾ ਨਾਨ ਕੰਪ੍ਰੇਨ ਦੇ ਕੰਨੇ ਦੇ ਵਿੱਚ ਸ਼ਾਮਲ ਨਹੀਂ ਲੇ ਪਿਸਤੇ ਚਿਕਲਾਬਲੀ ਸਾਈਕਲ ਦੇ ਰਸਤੇ ਵੇਰੋ ਸਾਈਕਲ ਦੇ ਰਸਤੇ ਇਹਦੇ ਵਿੱਚ ਨਹੀਂ ਹੁੰਦੇ ਕਿਉਂਕਿ ਵੇਖਿਆ ਸੀ ਬਾਹਰ ਨੇ ਸਤਰਾ ਦੇ ਵਿੱਚ ਆਉਂਦੇ ਨੇ ਕਰੇ ਜਾਤੇ ਵਿੱਚ ਨਹੀਂ ਹੁੰਦੇ ਲੱਗ ਕਰੇ ਜਾਂਦਾ ਨੌਨ ਕੰਪ੍ਰੈਂਡ ਦੇ ਸ਼ਾਮਲ ਨਹੀਂ ਇਹਦੇ ਵਿੱਚ ਇਮਾਰਤਾਂ ਇਮਾਰਚਾ ਪੇ ਦੀ ਫੁੱਟਪਾਥ ਜਿਹੜੇ ਨੇ ਵੇਰੋ ਇਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਕਿਉਂਕਿ ਮਾਰਚਾ ਪੇ ਦੀ ਬਾਹਰ ਹੁੰਦਾ ਲੱਗ ਕਰੇ ਜਾਂਦਾ ਇਹ ਨਿਸ਼ਾਨੀਆਂ ਉੱਤੇ ਲਾ ਦੇਣਾ ਰੁਕਿਆਂ ਕੋ ਥੱਲੇ ਲਾਇਆ ਤੇ ਫਿਰ ਲਾਵਾਂ ਤੇ ਫਿਰ ਜਗ੍ਹਾ ਨਹੀਂ ਬਚਦੀ ਨਜ਼ਰ ਨਹੀਂ ਆਉਂਦਾ ਲਫਜ਼ ਲੱਗ ਕਰੇ ਜਾਂਦਾ ਲਾਪਾਰਤੇ ਕਹਿੰਦੇ ਲਾਪਾਰਤੇ ਵੀ ਹਿੱਸਾ ਵੇ ਦਲਾਸਤਰਾ ਦਾ ਸੜਕ ਦਾ ਡੈਸਟੀਨਾਤਾ ਬਣਾਇਆ ਗਿਆ ਨੋਰਮਲ ਮੈਂ ਤੇ ਆਮ ਤੌਰ ਤੇ अल्लाह चिरकुलास्यो चलने दही वही कोई गड्डिया ने वे रहो जी करे जाता आम तौर पर ग्डिया तो चलने वास्ते मतलब बनाया गया। चिरकुलास्यो ने दसा चलना नॉर्मल मेहनत आम तौर पर पारते पारते पार मतलब आंता हिस्सा ला करे जाता कहना डा करे जा दस्ती ना तो बनाया गया सुल्तान तो सिर्फ या कला अला चिरकुलास्यो चलने के लिए ਦੀ ਕਾਰੀ ਰੇੜੀਆਂ ਦੇ ਅਤਰਸਿਓ ਨੇ ਐਨੀਮਲੋਜੀ ਨਾਲ ਨੂੰ ਜਾਣਵਾਰ ਕਿਛਦਾ ਹੈ ਫਾਲਸੋ ਕਹਿੰਦਾ ਸਿਰਫ ਰੇੜੀਆਂ ਦੇ ਚੱਲਣ ਵਾਸਤੇ ਬਣਾਇਆ ਗਿਆ ਹੈ ਫਾਲਸੋ ਕਾਰੀ ਕਾਰੀ ਆਹਦੇ ਨੇ ਰੇੜੀਆਂ ਨੂੰ ਔਰ ਕਾਰੀ ਜਿਹੜੇ ਸਵਾਲ ਵਿੱਚ ਆਵੇਦਾ ਉਹ ਸਵਾਲ ਗਲਤ ਹੈ ਠੀਕ ਹੈ ਜੀ ਇਹਦਾ ਮੈਂ ਕਿਸ ਤਰ੍ਹਾਂ ਦੱਸਾਂਦਾ ਕਾਰੀ ਸੈਂਪਰੇ ਫਾਲਸੋ ਵੇਰੋ ਕੋਈ ਨਹੀਂ ਸੈਂਪਰੇ ਮਤਲਬ ਹਮੇਸ਼ਾ ਫਾਲਸੋ ਗਲਤ ਵੇਰੋ ਕੋਈ ਨਹੀਂ ਮਤਲਬ ਇਹਦੇ ਨਾਲ ਕਿਧਰੇ ਵੀ ਜਿੱਥੇ ਲਫ਼ਜ਼ ਆ ਜਾਵੇ ਉਸ ਸਵਾਲ ਗਲਤ ਹੋਵੇ ਤਾਂ ਸਵਾਲ ਦਾ ਮਤਲਬ ਪਤਾ ਹੈ ਜਾਂ ਨਹੀਂ ਪਤਾ ਸਮਝ ਆਈਏ ਜਾਂ ਨਹੀਂ ਆਈ ਕਾਹਲੀ ਲਫ਼ਜ਼ ਵਿੱਚ ਆ ਗਿਆ ਸਵਾਲ ਗਰਤ ਕਰ ਦਿਓ ਸੁਲਤਾਨ ਦਾ ਮਤਲਬ ਦੱਸਿਰਾ ਲੱਕਰੇ ਜਾਤਾ ਇਹ destinée ਤਾਂ ਬਣਾਇਆ ਗਿਆ ਆਲਾ ਸੋਸਤਾ ਦੀ ਐਮਰਜੈਂਸਾ ਐਮਰਜੈਂਸੀ ਦੇ ਸੋਸਤੇ ਦੇ ਲਈ ਫਾਲਸੋ ਸੋਸਤਾ ਦੀ ਐਮਰਜੈਂਸਾ ਵਾਸਤੇ ਕੁਰਸੀ ਆਦੀ ਐਮਰਜੈਂਸਾ ਬਣਾਇਆ ਕਿਹੜਾ ਪਿੱਛੇ ਵੇਖਿਆ ਸੀ ਜਿੱਤੇ ਖਰਾਬ ਗੱਡੀ ਖਲੋਤੀ ਸੀ ਠੀਕ ਹੈ ਉਹਨੂੰ ਆਖ ਦੇਣੇ

ਦਲੇ ਰੋਤੇ ਟਾਇਰ ਦੇ ਵੈਕੁਲੀ ਗੱਡੀਆਂ ਦੇ ਸੂਲੇਸਤਰਾ ਦੇ ਉਹਨਾਂ ਸੜਕਾਂ ਤੇ ਇਹਨੇ ਬਾਤ ਇੱਥੇ برف ਪਈ ਹੈ ਫਾਲਸੋ ਮਤਲਬ ਕਹਿ ਰਹੇ ਕਿ ਜਿਹੜੀ ਸੜਕ ਤੇ برف ਪਈ ਹੁੰਦੀ ਹੈ ਉਹ ਸੜਕ ਦੇ ਉੱਤੇ ਦੇ ਟਾਇਰਾਂ ਦੇ ਨਿਸ਼ਾਨ ਜਿਹੜੇ ਰਹਿ ਜਾਂਦੇ ਨੇ ਉਹਨੂੰ ਕਰੇ ਜਾਤਾ ਆਖਦੇ ਨੇ ਤੁਹਾਨੂੰ ਪਤਾ ਹੋਣਾ ਹੈ ਕਿ ਜਦੋਂ برف ਪਈ ਹੁੰਦੀ ਹੈ ਉਤੋਂ ਗੱਡੀ ਗੁਜ਼ਰੇ ਤੇ ਉਹ ਟਾਇਰਾਂ ਦੀ ਗੈਲ ਜੀ ਬਣ ਜਾਂਦੀ ਹੈ ਉਹਦੇ ਕਹਿਣ ਦਾ ਮਤਲਬ ਕਿ ਉਹ ਗੈਲ ਜਿਹੜੀ ਹੈ ਉਹ ਉਹਨੂੰ ਕਰੇ ਜਾਤਾ ਆਖਦੇ ਨੇ ਫਾਲਸੋ एगे त्राचा निशान लशाता छड देना रोते टायर सुले स्त्र सड़कोंने वाते बर्फ हड़ना ला करे जाता कोमपरेन के कहने के बामिल ने प्याज ओले की सोस्ता जोड़ा प्याज ओला की सोस्ता होता है फालसो प्याज ओले की सोस्ता सैपरे फालसो एक वेरो वेर है आंक के लफर न मतलब जितने प्याज ओला की सोस्ता आया ਸਮਪਰੇ ਫਾਲਸੋ ਇੱਕ ਵੇਰੋ ਇਹਦਾ ਹੁਣ ਕੀ ਮਤਲਬ ਹੈ ਕਿ ਇੱਕ ਲਫਜ਼ ਨਾਲੇ ਵੇਰੋ ਆਉਂਦਾ ਹੈ ਅੰਗ ਕੇ ਲਫਜ਼ ਨਾਲ ਅਗਰ ਸਵਾਲ ਵਿੱਚ ਕਿਧਰੇ ਵੀ ਅੰਗ ਕੇ ਆ ਗਿਆ ਹੈ ਪਿਆਜ਼ ਵਾਲੀ ਸੋਸ ਤਾਂ ਆਈ ਹੈ ਨਾਲ ਕਿਧਰੇ ਵੀ ਅੰਗ ਕੇ ਆ ਗਿਆ ਉਸੇ ਹੀ ਸਵਾਲ ਵਿੱਚ ਫਿਰ ਸਵਾਲ ਠੀਕ ਹੋਵੇਗਾ ਅਗਰ ਪਿਆਜ਼ ਵਾਲੀ ਸੋਸ ਤਾਂ ਆਈ ਹੈ ਤੇ ਅੰਗ ਕੇ ਵਿੱਚ ਕੋਈ ਨਹੀਂ ਆਇਆ ਤੇ ਫਿਰ ਉਹ ਸਵਾਲ ਗਲਤ ਹੋਵੇਗਾ ਅ ਜੀ ਵੇਖ ਲੈਂਦੇ ਹਾਂ ਕਿ ਪਿਆਜ਼ ਵਾਲੀ ਸੋਸ ਤਾਂ ਕੀ ਹੁੰਦਾ ਹੈ ਇਹ ਜਿਹੜੀ ਜਗਾ ਸਾਈਡ ਤੇ ਬਚੀ ਏ ਐੜੀ ਏ ਇਹਨੂੰ ਪਿਆਜ਼ ਵਾਲੀ ਸੋਸ ਤਰਦੇ ਨੇ ਐ ਐ ਸਰ ਤੇ ਕਰੇ ਜਾਤਾਵੇ ਮਤਲਬ ਇਹ ਜਿਹੜਾ ਵੇ ਇੱਥੋਂ ਤੱਕ ਤੇ ਇਹ ਕਰੇ ਜਾ ਤੇ ਤੂੰ ਬਾਹਰ ਜਿਹੜਾ ਵੇ ਇਹ ਪਿਆਜ਼ ਵਾਲੀ ਦੀ ਸੋਸ ਤਾਂ ਠੀਕ ਹੈ ਜੀ ਇਹਦਾ ਮਤਲਬ ਕਿ ਪਿਆਜ਼ ਵਾਲੀ ਸੋਸ ਤਾਂ ਇਹਦੇ ਤੂੰ ਬਾਹਰ ਹੁੰਦਾ ਇਹਦੇ ਵਿੱਚ ਨਹੀਂ ਹੁੰਦਾ ਠੀਕ ਹੈ ਜੀ ਚਲੋ ਨੈਕਸਟ ਪੇਜ इत गल करेंगे करे जाते का हिस्सा केड़ी के चीजा ने भारती पारती मतलब हिस्सा दला करे जाता करे जाते वेख लिने फन उतें हिस्सा ने दला करे जाता करे जाते ले कुर्सिए मारचा चलने वाले कुर्सी वे रहो जलने कुर्सिए ने हिस्सा ने मारचा मतलब हमें चलना कुर्सिए मारचा चलने वाले कुर्सी है करे जाता फन उपारत पर मतलब हम हिस्सा होना ਫਨ ਨੂੰ 파ਰਤੇ ਇਸਾਨੇ ਦਾ ਕਰੇ ਜਾਤਾ ਕਰੇ ਜਾਤੇ ਦਾ ਲੀ ਅਤਰਾਵਰਸਮੇਂਤੀ ਚਿਕਲਬਲੀ ਜਿਹੜੀ ਸਾਈਕਲ ਦੀ ਕ੍ਰਾਸਿੰਗ ਹੁੰਦੀ ਹੈ ਮੇਰੋ ਚਿਕਲਬਲੀ ਸਾਈਕਲ ਅਤਰਾਵਰਸਮੇਂਤੀ ਜਿਹੜੀ ਕ੍ਰਾਸਿੰਗ ਹੁੰਦੀ ਹੈ ਜਿੱਤੋਂ ਸੜਕ ਕ੍ਰਾਸ ਕਰੀਦੀ ਹੈ ਉਹਨੂੰ ਅਤਰਾਵਰਸਮੇਂਤੀ ਚਿਕਲਬਲੀ ਆ ਜਿਹੜੀ ਸਾਈਕਲ ਦੀ ਕ੍ਰਾਸਿੰਗ ਹੁੰਦੀ ਹੈ ਜਿਹੜੀ ਪੈਦਲ ਦੀ ਕ੍ਰਾਸਿੰਗ ਹੁੰਦੀ ਹੈ ਲੈਣਾ ਜੀਆਂ ਲੱਗੀਆਂ ਹੁੰਦੀਆਂ ਨੇ ਉਹਨੂੰ ਅਤਰਾਵਰਸਮੇਂਤੀ ਪੈਦੋਨਾਲ ਯਾਦ ਨੇ ਔਰ ਇੱਕ ਕਰੇ ਜਾਤੇ ਦੇ ਵਿੱਚੋਂ ਨਹੀਂ ਆ ਨੇ ਸੈਂਟਰ ਵਿੱਚੋਂ ਗੁਜ਼ਰਦੀਆਂ ਨੇ ਤੇ ਇਹਦਾ ਮਤਲਬ ਇਹਦਾ ਹਿੱਸਾ ਨੇ ਫਨੋ 파ਰਤੇ ਹਿੱਸਾ ਨੇ ਦਲਾ ਕਰੇ ਜਾਤਾ ਕਰੇ ਜਾਤੇ ਦਾ ਲੀ ਅਤਰਵੇ ਸਮੇਂ ਤੇ ਪੈਦਲ ਨਾ ਜਿਹੜੀ ਪੈਦਲ ਦੀ ਕਰਾਸਿੰਗ ਹੈ ਬੇਰੋ ਫਨੋ 파ਰਤੇ ਹਿੱਸਾ ਨੇ ਦਲਾ ਕਰੇ ਜਾਤਾ ਕਰੇ ਜਾਤੇ ਦਾ ਲੈ ਕੁਰਸੀਏ ਦੀ ਸਰਪਾਸੋ ਓਵਰਟੇਕ ਵਾਲੇ ਕੁਰਸੀਏ ਬੇਰੋ ਦੱਸਿਆ ਸੀ ਕਿ ਸੱਜਾ ਕੁਰਸੀਆ ਨਾਰਮਲ ਚੱਲਣੇ ਵਾਸਤੇ ਹੁੰਦਾ ਹੈ ਖੱਬਾ ਕੁਰਸੀਆ ਓਵਰਟੇਕ ਵਾਸਤੇ ਹੁੰਦਾ ਹੈ ਉਹਨੂੰ ਕੁਰਸੀਆ ਦੀ ਸਰਪਾਸੋ ਆਉਂਦੇ ਨੇ ਤੇ ਉਹ ਵੀ ਉਹਦਾ ਹਿੱਸਾ ਹੀ ਹੈ ਸਰਪਾਸੋ ਆਉਂਦੇ ਨੇ ਓਵਰਟੇਕ ਨੂੰ ਫਨੋ ਪਰਤੇ ਹਿੱਸਾ ਨੇ ਦੱਲਾ ਕਰੇ ਜਾਤਾ ਕਰੇ ਜਾਤੇ ਦਾ ਲੇ ਕੁਰਸੀ ਅਦੀ ਐਮਰਜੈਂਸਾ ਐਮਰਜੈਂਸੀ ਵਾਲੇ ਕੁਰਸੀਏ ਦਲੇ ਆਉਤੋਸਰਾ ਦੇ ਜਿਹੜੇ ਆਉਤੋਸਰਾ ਜਾਂਦਾ ਫਾਲਸੋ ਤਸਵੀਰ ਵਿੱਚ ਵੇਖਿਆ ਸੀ ਕਿ ਜਿਹੜੇ ਕੁਰਸੀ ਅਦੀ ਐਮਰਜੈਂਸਾ ਨੇ ਉਹ ਇਹਦੇ ਤੋਂ ਬਾਹਰ ਹੁੰਦੇ ਨੇ ਇਹਦੇ ਵਿੱਚ ਨਹੀਂ ਹੁੰਦੇ ਫਨੋ ਪਰਤੇ ਹਿੱਸਾ ਨੇ ਦੱਲਾ ਕਰੇ ਜਾਤਾ ਕਰੇ ਜਾਤੇ ਦਾ ਲੇ ਬੰਕੀ ਨੇ ਬੰਕੀ ਨੇ ਫਾਲਸੋ ਇਹ ਵੀ ਬਾਹਰ ਹੁੰਦਾ ਫਨੋ ਪਰਤੇ ਹਿੱਸਾ ਨੇ ਦੱਲਾ ਕਰੇ ਜਾਤਾ ਕਰੇ ਜਾਤੇ ਦਾ इमार्चिया पे दी फुटपाथ फालतू ਜਿਹੜਾ ਮਾਰਚਾ ਪੇ ਦੀਏ ਉਹ ਬਾਹਰ ਹੁੰਦਾ ਹੈ ਇਹਦੇ ਵਿੱਚ ਨਹੀਂ ਹੁੰਦਾ ਇਹਦੇ ਵਿੱਚ ਹੁੰਦੀਆਂ ਨੇ ਅਤਰਾਵਰਸਮੇਂਤੀ ਪੈਡੋਨਾਲੀ ਜਿਹੜੀ ਸੈ ਪੈਦਲ ਦੀ ਕਰਾਸਿੰਗ ਹੁੰਦੀ ਹੈ ਜਾਂ ਸਾਈਕਲ ਦੀ ਕਰਾਸਿੰਗ ਹੁੰਦੀ ਹੈ ਮਾਰਚਾ ਪੇ ਦੇ ਫੁੱਟਪਾਥ ਇਸ ਤੋਂ ਬਾਹਰ ਹੁੰਦਾ ਪਿਸਤਾ ਚਿਕਲਾ ਵੀ ਲਿਖਿਆ ਜਾਂਦਾ ਹੈ ਤੂੰ ਬਾਹਰ ਹੁੰਦਾ ਹੈ ਇਹਦੇ ਵਿੱਚ ਨਹੀਂ ਹੁੰਦਾ ਨੈਕਸਟ ਜੀ ਚਾਰ ਕੁਆਟਰੋ ਇੱਥੇ ਗੱਲ ਕਰਨ ਗਏ ਲਾ ਕੁਰਸੀਆ ਟਰੈਕ ਜਿਹੜਾ ਹੁੰਦਾ ਹੈ ਕਿ ਕੁਰਸੀਆ ਕੀ ਚੀਜ਼ ਹੁੰਦਾ ਹੈ ਇਹ ਵੀ ਦੇਖ ਲੈਣੇ ਆਂ ਚ ਉਹ ਉਹ ਤਸਵੀਰ ਵੇਖ ਨਹੀਂ ਆ। ਸ ਐਵਿਕੂ ਐ ਕੁਰਸੀ ਆ ਵੇ ਇੱਕ। ਇੱਥੋਂ ਲੱਗ ਕੇ ਇਤਨਾ ਇੱਕ ਕੁਰਸੀ ਐ ਤੇ ਇੱਥੋਂ ਲੱਗ ਕੇ ਐ ਦੂਸਰਾ ਕੁਰਸੀ ਐ। ਕੁਰਸੀਆਂ ਤੇ ਮੇਜ਼ ਕੁਰਸੀਆਂ ਜਿਹੜਾ ਵੇ ਹਮੇਸ਼ਾ ਸੈਂਸੋਨਿਕ ਹੋਵੇ ਦਾ ਇੱਕ ਤਰਫ ਜਾਣੇ ਵਾਸਤੇ ਹੋਵੇ ਦਾ ਜਾਂ ਜਾਣ ਵਾਸਤੇ ਹੋ ਸਕਦਾ ਜਾਂ ਆਉਣ ਵਾਸਤੇ ਹੋ ਸਕਦਾ। ਇਹਦੇ ਚ ਐ ਨਹੀਂ ਹੁੰਦਾ ਕਿ ਟ੍ਰੈਫਿਕ ਇਸ ਦੇ ਉੱਤੇ ਆਵੇ ਵੀ ਤੇ ਜਾਵੇ ਵੀ ਐ ਚੀਜ਼ ਇਹਦੇ ਤੇ ਨਹੀਂ ਹੋ ਸਕਦੀ। ਇੱਕ ਚੀਜ਼ ਹੋ ਗਈ ਬਾਕੀ ਕੁਰਸੀ ਇਹਦੇ ਸੈਂਟਰ ਦੇ ਵਿੱਚ ਆ ਵੇਖੋ ਜਿੱਥੇ ਇਹਦੇ ਸੈਂਟਰ ਦੀ ਇਹਨਾਂ ਦੋ ਕੁਰਸੀਆਂ ਦੇ ਸੈਂਟਰ ਦੇ ਵਿੱਚ ਡਿਸਕੰਟੀਨਿਊ ਲੈਂਡ ਲੱਗੀ ਏ ਛੋਟੇ ਛੋਟੇ ਚਿੱਟੀਆਂ-ਚਿੱਟੀਆਂ ਲੈਂਡਾਂ ਨੂੰ ਲਾਈਆਂ ਨੇ ਇਸ ਲੈਂਡ ਨੂੰ ਆਦਿ ਨੇ ਇਸ ਤ੍ਰਿਸ਼ਾ ਕੌਨਟੀਨਿਊਆ ਸੌਰੀ ਡਿਸਕੰਟੀਨਿਊ ਐ ਡਿਸਕੰਟੀਨਿਊ ਲੈਂਡ ਲੱਗੀ ਏ ਤੇ ਇਹ ਜਿਸ ਤਰ੍ਹਾਂ ਦੀ ਸਾਈਡ ਤੇ ਕੌਨਟੀਨਿਊ ਲੈਂਡ ਲੱਗੀ ਏ ਇਹ ਨੂੰ ਆਦਿ ਨੇ ਇਸ ਤ੍ਰਿਸ਼ਾ ਕੌਨਟੀਨਿਊਆ ਇਹਦੇ ਨਾਲ ਇਹਨਾਂ ਦੋਹਾਂ ਲੈਂਡਾਂ ਨਾਲ ਇਹਦੀ ਹੱਦਬੰਦੀ ਕਰ ਸਕਦੇ ਨੇ ਇਹਦੀ ਹੱਦ ਰੱਖ ਸਕਦੇ ਨੇ ਕਿ ਇੱਥੋਂ ਤੱਕ ਇੱਕ ਕੁਰਸੀ ਹੈ। ਉਹ ਇਹਨਾਂ ਦੋਆਂ ਕੁਰਸੀਆਂ ਦਾ ਸੈਂਟਰ ਵੇਕ ਕੋ ਡਿਸਕੰਟੀਨਿਊ ਲੈਣ ਲੱਗੀ ਹੈ ਇੱਥੇ ਕੰਟੀਨਿਊ ਲੈਣ ਵੀ ਲੱਗੀ ਹੋ ਸਕਦੀ ਹੈ। ਠੀਕ ਹੈ ਜੀ ਔਰ ਇਹ ਨਾਰਮਲ ਚੱਲਣ ਵਾਸਤੇ ਹੁੰਦਾ ਹੈ। ਕੁਰਸੀਆਂ ਦੀ ਸੁਰ ਪਾਸੇ ਵੀ ਹੁੰਦਾ ਹੈ, ਓਵਰਟੇਕ ਵਾਲਾ ਕੁਰਸੀਆਂ, ਨਾਰਮਲ ਚੱਲਣ ਵਾਲੀ ਕੁਰਸੀਆਂ ਹੁੰਦਾ ਹੈ। ਕੁਰਸੀਆਂ ਦੀ ਐਕਸਲਰੇਸ਼ਨ ਨੇ ਵੀ ਹੁੰਦਾ ਹੈ। ਕੁਰਸੀਆਂ ਦੀ ਡਿਸੀਲੇਰੇਸ਼ਨ ਨੇ ਵੀ ਹੁੰਦਾ ਹੈ। ਕੁਰਸੀਆਂ ਦੀ ਐਮਰਜੈਂਸੀਆ ਵੀ ਹੁੰਦਾ ਹੈ। ਕੋਈ ਕਿਸਮ ਦੀਆਂ ਗੱਡੀਆਂ ਵਾਸਤੇ ਮਨਾਮੀ ਹੋ ਸਕਦਾ ਹੈ ਕਿ ਫਲਾਣੀ ਗੱਡੀ ਇੱਥੇ ਨਹੀਂ ਚੱਲ ਸਕਦੀ ਕੁਝ ਵਾਸਤੇ ਵੀ ਹੋ ਸਕਦਾ ਹੈ ਕਿ ਐ ਫਲਾਣੀਆਂ ਗੱਡੀਆਂ ਵਾਸਤੇ ਜਾਂ ਕਿਸੇ ਕਿਸਮ ਦੀ ਗੱਡੀ ਵਾਸਤੇ ਰਿਜ਼ਰਵ ਹੈ ਕਿ ਸਿਰਫ ਉਹ ਗੱਡੀ ਚੱਲ ਸਕਦੀ ਹੈ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਬੱਸਾਂ ਵਾਸਤੇ ਜਾਂ ਟੈਕਸੀਆਂ ਵਾਸਤੇ ਵੱਖਰਾ ਕੁਰਸੀਆ ਬਣਿਆ ਹੁੰਦਾ ਉਹ ਸਿਰਫ ਉਹਨਾਂ ਵਾਸਤੇ ਹੁੰਦਾ ਹੈ ਉਧਰ ਕੋਈ ਗੱਡੀ ਨਾਰਮਲ ਨਹੀਂ ਜਾ ਸਕਦੀ ਉਸ ਕੁਰਸੀਆ 'ਚ ਐ ਚੀਜ਼ ਵੀ ਹੋ ਸਕਦੀ ਹੈ ਪੇਜ ਨੰਬਰ 4 ਹੈ ਜੀ ਕੁਰਸੀ ਦੀ ਗੱਲ ਕਰਨ ਲੱਗੇ ਆ ਲਾ ਕੁਰਸੀ ਆ ਪੋਏਸ ਸਰੇ ਹੋ ਸਕਦਾ ਹੈ ਤੇ ਇਸ ਦੀ ਨਾਤਾ ਬਣਾਇਆ ਗਿਆ ਅਲਨ ਨੋਰਮਲ ਮਾਰਚਾ ਨਾਰਮਲ ਚੱਲਣ ਦੇ ਲਈ ਦਈ ਵਈ ਕੁਲੀ ਗੱਡੀਆਂ ਦੇ ਨੋਰਮਲ ਮਾਰਚਾ ਨਾਰਮਲ ਚੱਲਣਾ ਵੇਰੋ ਲਾ ਕੁਰਸੀ ਆ ਇਲੀਮਿਟਾਤਾ ਕਹਿੰਦਾ ਕੁਰਸੀਆ ਲਿਮਿਟਾਤਾ ਮਤਲਬ ਇਹਦੀ ਹੱਦ ਬੰਦੀ ਕਰਦੇ ਨੇ ਹਾਜ਼ਰ ਰੱਖਦੇ ਨੇ 10 ਤ੍ਰਿਸ਼ੇ ਕੰਟੀਨਿਊ ਕੰਟੀਨਿਊ ਲੈਣ ਦੇ ਨਾਲ ਉਹ ডিসਕੰਟੀਨਿਊ ਜਾਂ ডিসਕੰਟੀਨਿਊ ਲੈਣਾ ਦੇਣਾ ਵੇਰੋ ਲਾ ਕੁਰਸੀਆ ਪੁਏਸਸਰੀ ਹੋ ਸਕਦਾ ਹੈ ਦੀ ਅਚਲੇ ਰਸਿਓ ਨੇ ਵੇਰੋ ਜੀ ਕੁਰਸੀਆ ਦੀ ਅਚਲੇ ਰਸਿਓ ਨੇ ਵੀ ਹੋ ਸਕਦਾ ਹੈ ਅੱਗੇ ਅਸੀਂ ਪੜਾਂਦੇ ਉੱਥੇ ਪਤਾ ਚੱਲ ਜਾਈਦਾ ਕਿ ਕੁਰਸੀਆ ਦੀ ਅਚਲੇ ਰਸਿਓ ਨੇ ਕੀ ਹੁੰਦਾ ਹੈ ਲਾ ਕੁਰਸੀਆ ਪੁਏਸਸਰੀ ਹੋ ਸਕਦਾ ਹੈ ਦੀ ਦੇਚਲੇ ਰਸਿਓ ਨੇ ਵੇਰੋ ਜੀ ਦੇਚਲੇ ਰਸਿਓ ਨੇ ਵੀ ਹੋ ਸਕਦਾ ਲਾ ਕੁਰਸੀਆ ਥੋਰੀ ਲੇ ਕੁਰਸੀਏ ਪੋਸਸੋਨੋ ਐਸਸਰੀ ਹੋ ਸਕਦੇ ਨੇ ਵਿਏਤਾਤੇ ਮਨਾ ਅਤਲੂਨੀ ਟਿਪੀ ਦੀ ਵੇਕੋਲੀ ਕੁਛ ਟਾਈਪ ਦੀਆਂ ਗੱਡੀਆਂ ਵਾਸਤੇ ਵੇਰੋ ਵਿਏਤਾਤੇ ਮਨਾ ਤਲੂਨੀ ਮਤਲਬ ਕੁਛ ਕੁਛ टीपी टाइप किस्म दी वेइकुली गाडियां ਦੇ ਪੋਸਟ ਨੂੰ ਜਿਹੜਾ ਇਹ ਵੀ ਸੈਕੰਡ ਨੇ ਵਿੱਚ ਆਉਂਦਾ ਜਿਸ ਨਾਲ ਉੱਤੇ ਪੋ ਆਉਂਦਾ ਰਿਹਾ ਲਾ ਕੁਰਸੀਆ ਪੋਏ ਸਰੀ ਹੋ ਸਕਦਾ ਰਿਜ਼ਰਵਾਤਾ ਰਿਜ਼ਰਵ ਅਲਾ ਸਰਕੂਲਸਿਓਨੇ ਚੱਲਣ ਦੇ ਲਈ ਦੀ ਅਲਕੂਨੇ ਕੈਟੇਗਰੀਆ ਦੀ ਵੇਹਿਕਲੀ ਕੁਛ ਕੈਟੇਗਰੀਆਂ ਗੱਡੀਆਂ ਵਾਸਤੇ ਕਹਿੰਦਾ ਕੁਰਸੀਆ ਰਿਜ਼ਰਵ ਵੀ ਹੋ ਸਕਦਾ ਵੇਰੋ ਜਿਸ ਤਰ੍ਹਾਂ ਦੱਸਿਆ ਸੀ ਕਿ ਬੱਸ ਟੈਕਸੀ ਵਾਸਤੇ ਹੁੰਦਾ ਹੈ ਅਲਕੂਨੇ ਮਤਲਬ ਕੁਛ ਔਰੇ ਸੈਂਪਰੇ ਵੇਰੋ ਫਾਲਸੋ ਕੋਈ ਨਹੀਂ ਜਿਹੜੇ ਸਵਾਲ ਇਹ ਚ ਲਫਜ਼ਾਜੇ ਦਾ ਉਹ ਸਵਾਲ ਠੀਕ ਹੋਣਾ ਕੈਟਗਰੀ ਕੈਟਗਰੀ ਕਿਸਮ ਸੈਂਪਰੇਵੇਰੋ ਤਿੰਨ ਫਾਲਸੋ ਨੇ ਜਿਹੜੇ ਫਾਲਸੋ ਹੁੰਦੇ ਉਹ ਲਫਜ਼ ਮੈਂ ਕਮੈਂਟਾਂ ਵਿੱਚ ਦੱਸ ਦਿਆਂਦਾ ਠੀਕ ਹੈ ਉੱਥੇ ਮੈਸੇਜ ਕਰ ਲੈਣਾ ਤੇ ਅੱਗੇ ਨੂੰ ਬ੍ਰੈਕਟ ਵਿੱਚ ਦੱਸ ਦਿੱਤਾ ਕਿਹੜੀ ਕਿਹੜੀ ਗੱਡੀ ਵਾਸਤੇ ਰਿਜ਼ਰਵ ਹੋ ਸਕਦੀ ਹੈ ਟੈਕਸੀ ਹੋ ਗਈ ਆ ਉਤਬੂਸ ਹੋ ਗਈ ਅੱਛੇ ਆਤਰਾ ਵਗੈਰਾ ਵਗੈਰਾ E डबल ਸੀ ਅੱਛੇ ਆਤਰਾ ਵਗੈਰਾ ਵਗੈਰਾ ਔਰ ਇਹ ਵੀ ਸੈਂਪਰੇਵੇਰੋ ਇੱਕ ਫਾਲਸੋ ਹੁੰਦਾ ਹੈ ਅਚਾ ਹੀ ਹੋਣਾ ਲਾ ਕੁਰਸੀਆ ਪੋਏ ਸਰ ਹੋ ਸਕਦਾ ਹੈ ਦਸਤੀਨਾਤਾ ਬਣਾਇਆ ਗਿਆ ਐਦ ਐਫ ਐ ਤਵਾਰੇ ਸਰਪਾਸੀ ਓਵਰਟੇਕ ਕਰਨੇ ਦੇ ਲਈ ਵੇਰੋ ਓਵਰਟੇਕ ਵਾਲ ਕੁਰਸੀਆ ਜਿਹੜਾ ਹੁੰਦਾ ਹੈ ਓਵਰਟੇਕ ਕਰਨੇ ਵਾਸਤੇ ਹੁੰਦਾ ਹੈ ਐਫ ਐ ਤਵਾਰੇ ਕਰਨਾ ਸਰਪਾਸੀ ਓਵਰਟੇਕ ਲੈਂਥ ਪ੍ਰੋਪ੍ਰੀਟਾਰੀਓ ਦਾ ਲਸਤਰਾਦਾ ਕਹਿੰਦਾ ਜਿਹੜਾ ਲੈਂਥ ਪ੍ਰੋਪ੍ਰੀਟਾਰੀਓ ਦਾ ਲਸਤਰਾਦਾ ਮਤਲਬ ਜਿਹੜਾ ਸੜਕ ਦਾ ਡਿਪਾਰਟਮੈਂਟ ਮੈਕ ਮੈ ਪੋ ਇੰਪੋਰੀਓ ਲਾਗੂ ਕਰ ਸਕਦਾ ਹੈ ਕਿ ਸੂ ਉਹਨਾ ਕੁਰਸੀਆ ਇੱਕ ਕੁਰਸੀਏ ਦੇ ਉੱਤੇ ਈ ਵਹੀਕਲੀ ਗੱਡੀਆਂ ਤਰਾਸੀਤੀ ਨੂੰ ਚੱਲਣ ਦੀਆਂ ਅਦੂਨਾ ਵੈਲੋਚਿਤਾ ਮਿਨੀਮਾ ਓਬਲੀਗਾਟੋਰੀਆ ਕੱਟੋ ਕੱਟ ਸਪੀਡ ਦੇ ਉੱਤੇ ਓਬਲੀਗਾ ਤੋਰੀਆ ਜਿਹੜੀ ਲਾਜ਼ਮੀ ਹੋਵੇ ਦੀ ਜ਼ਰੂਰੀ ਹੋਵੇ ਦੀ ਵੇਰੋ ਉੱਤੇ ਹੈ ਜੀ ਸ਼ੁਰੂ ਵਿੱਚ ਐਨ ਤੇ ਇਸ ਸੈਂਪਰੇ ਵੇਰੋ ਇੱਕ ਫਾਲਸੋਏ ਮਤਲਬ ਡਿਪਾਰਟਮੈਂਟ ਮਹਿਕਮਾ ਇੰਪੋਰੇ ਲਾਗੂ ਕਰਨਾ ਤਰਾਂ ਸੀ ਤੀਨੋ ਮਤਲਬ ਇਹ ਚੱਲਣਾ ਵੈਲੋਚਿਤਾ ਮਿਨੀਮਾ ਕੱਟੋ ਕੱਟ ਸਪੀਡ ਓਬਲੀਗਾ ਤੋਰੀਆ ਦਾ ਲਾਜ਼ਮੀ ਹੋਵੇ ਦੀ ਜ਼ਰੂਰੀ ਹੈ ਉਹਦੀ ਵੇਰੋ ਸੜਕ ਦੇ ਉੱਤੇ ਫਾਰ ਐਗਜ਼ੈਂਪਲ ਆਉਤੋ ਸਰਾ ਸਮਝ ਲਓ ਇਹ ਮੋਟਰ ਵੀ ਹੁੰਦੀ ਹੈ। ਉਹਦੇ ਤੇ ਘੱਟੋ ਘੱਟ ਤਿੰਨ ਕੁਰਸੀਆਂ ਲਾ ਲਓ। ਆਥੋਰਾਈਜ਼ਡ ਸਪੀਡ ਕਿੰਨੀ ਹੁੰਦੀ ਹੈ? 130 ਤੱਕ। ਜ਼ਿਆਦਾ ਤੋਂ ਜ਼ਿਆਦਾ। ਨਾਰਮਲ ਜਿਹੜੀ ਹੁੰਦੀ ਹੈ। ਉੱਥੇ ਜਿਹੜਾ ਸਭ ਤੋਂ ਖੱਬਾ ਕੁਰਸੀਆ ਹੋਵੇ ਦਾ ਉੱਥੇ ਲੱਗੇ ਹੋ ਸਕਦਾ ਹੈ ਕਿ ਜੇ ਇਸ ਬੰਦੇ ਜਾਂ ਜੇ ਇਸ ਬੰਦੇ ਗੱਡੀ ਐਸ ਕੁਰਸੀਏ ਚਲਾਣੀ ਹੈ, ਉਹਦੀ ਘੱਟੋ ਘੱਟ ਸਪੀਡ 90 ਹੋਣੀ ਚਾਹੀਦੀ ਹੈ। 90 ਤੋਂ ਥੱਲੇ ਅਗਰ ਚਲਾਨੀ ਹੈ ਤੇ ਉਸ ਤੋਂ ਥੱਲੜੇ ਕੁਰਸੀਆ ਚੋ ਜਾਵੇ ਇਸ ਕੁਰਸੀਏ ਵਿੱਚ ਘਾਟ ਤੋਂ ਘਾਟ 90 ਸਪੀਡ ਹੋਣੀ ਚਾਹੀਦੀ ਹੈ ਉਹ ਸਪੀਡ ਵਾਸਤੇ ਨੇ ਵੈਲੋਚੀਤਾ ਮਿਨੀਮਾ ਓਬਲੀਗਾਟੋਰੀਆ ਨੀਲੇ ਕਲਰ ਚ ਹੋਵੇਦੀ ਵੇਰੋ ਜੀ ਲਾ ਕੁਰਸੀਆ ਇਹ ਉਹਨਾਂ 파ਰਤੇ ਕਹਿੰਦਾ ਕੁਰਸੀਆ ਹਿੱਸਾ ਵੇ ਦਿਲ ਕਰੇ ਜਾਤਾ ਕਰੇ ਜਾਤੇ ਦਾ ਕੇ ਕੋਂਸੈਨ ਤੇ ਜਿਹੜਾ ਇਜਾਜ਼ਤ ਦਿੰਦਾ ਹੈ ਲਾ ਚਰਕੂਲਸਿਓ ਨੇ ਚੱਲਨੇ ਦੀ ਉਨਾ 16 ਫੀਲਾ ਸਿਰਫ ਇੱਕ ਲੈਂਡ ਦੀ ਵਹਿਕੁਲੀ ਗੱਡੀਆਂ ਦੀ ਵੇਰੋ ਇੱਕ ਕੁਰਸੀ ਇਹ ਵਿੱਚ ਗੱਡੀਆਂ ਦੀ ਇੱਕ ਲੈਂ ਨਹੀਂ ਚੱਲ ਸਕਦੀ ਹੈ। ਉਨਾ 16 ਫੀਲਾ ਇੱਕ ਲੈਨ ਔਰ ਐ ਸੈਂਪਰੇ ਵੇਰੋ ਐ ਫਾਲਸੋ ਕੋਈ ਨਹੀਂ। ਕੋਂਸੈਂਟ ਤੇ ਮਤਲਬ ਇਜਾਜ਼ਤ ਪਰਮਿਸ਼ਨ। ਲਾ ਕੁਰਸੀਆ ਪੋਏਸਰੇ ਕਹਿੰਦਾ ਕੁਰਸੀ ਹੋ ਸਕਦਾ ਹੈ destinata ਬਣਾਇਆ ਗਿਆ। ਅਲਾ ਸੋਸਤਾ ਦੀ ਐਮਰਜੈਂਸਾ ਐਮਰਜੈਂਸੀ ਦੇ ਸੋਸਤੇ ਲਈ ਪਾਰਕਿੰਗ ਦੇ ਲਈ ਇਨ ਕਾਜ਼ੋ ਉਹ ਸੂਰਤ ਆ ਰੱਦੇ ਵਿੱਚ ਦੀ ਗੁਆਸਤੋ ਜਦੋਂ ਖਰਾਬ ਹੋ ਜਾਵੇ ਉਹ ਮਲੇਸਰੇ ਜਾਂ ਕੋਈ ਬਿਮਾਰ ਹੋ ਜਾਵੇ। ਵੇਰੋ ਮਲੇਸਰੇ ਬਿਮਾਰ ਹੋਣਾ ਇਕੀ ਦੀ ਗੱਲ ਪਿਆ ਕਰਦਾ ਹੈ ਕੁਰਸੀਆ ਦੀ ਐਮਰਜੈਂਸੀ ਦੀ ਗੱਲ ਕਰਦਾ ਪਿਆ ਕਹਿੰਦਾ ਇਸ ਤਰ੍ਹਾਂ ਦੀ ਵੀ ਕੁਰਸੀ ਆ ਸਕਦਾ ਹੈ ਵੇਰੋ ਜੀ ਹੋ ਸਕਦਾ ਤੇ ਉਹ ਦੱਸਿਆ ਸੀ ਕਦੋਂ ਯੂਜ਼ ਕਰ ਸਕਦੇ ਜਦੋਂ ਗੱਡੀ ਖਰਾਬ ਹੋ ਜਾਈ ਜਾਂ ਕੋਈ ਬਿਮਾਰ ਹੋ ਜਾਵੇ ਤੇ ਇਹਨੇ ਵੀ ਉਹੀ ਗੱਲਾਂ ਕੀਤੀਆਂ ਨੇ ਹਲੇ ਸਿਰੇ ਬਿਮਾਰ ਸੈਂਪਲੇ ਵੇਰੋ ਇੱਕ ਫਾਲਸ ਹੁੰਦਾ ਜੀ ਗੁਆਸ ਤੋਂ ਖਰਾਬ ਦੇਸਟੀਨਾਤਾ ਬਣਾਇਆ ਗਿਆ ਲਾ ਕੁਰਸੀਆ ਕੋਈ ਸਿਰੇ ਹੋ ਸਕਦਾ ਹੈ ਰਿਜ਼ਰਵਾਤਾ ਰਿਜ਼ਰਵ ਆਈ ਵੇਈ ਕੋ ਲਈ ਉਹਨਾਂ ਗੱਡੀਆਂ ਵਾਸਤੇ ਕੀ ਇੰਟੈਂਡ ਹਨ ਜਿਹੜੀਆਂ ਚਾਂਦੀਆਂ ਨੇ ਇਸ ਬੋਲਤਾਰੇ ਮੁਰਨਾ ਵੇਰੋ ਮਤਲਬ ਸਿੱਧੀ ਸੜਕ ਜਾ ਰਹੀਏ ਇੱਕ ਨਾਲੋ ਕੁਰਸੀਆ ਮੁੜਦਾ ਪਿਆ ਤੇ ਜਿਹੜੀ ਗੱਡੀ ਮੁੜਨਾ ਚਾਹਦੀ ਓਸ ਕੁਰਸੀਏ ਚ ਹੋ ਜਾਏਦੀ ਤੇ ਉਹ ਉਹਨਾਂ ਵਾਸਤੇ ਇੱਕ ਕਿਸਮ ਦਾ ਸਪੈਸ਼ਲ ਕੁਰਸੀਆ ਹੋ ਗਿਆ ਮੁੜਨੇ ਵਾਸਤੇ ਇੰਟੈਂਡਨੋ ਚਾਹਨਾ ਜ਼ੁਲਤਾਰੇ ਮੁੜਨਾ ਅੱਗੇ ਨੇ ਬ੍ਰੈਕਟ ਦੇ ਦੱਸ ਦਿੱਤੇ ਕਿ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ ਕੁਰਸੀਆ ਸਪੈਸ਼ਲੀਜ਼ ਹਾ ਮਤਲਬ ਇਹਦਾ ਸਪੈਸ਼ਲ ਕੁਰਸੀਆ ਆਂਦਾ ਮੁੜਨੇ ਵਾਸਤੇ ਲਾ ਕੁਰਸੀਆ ਪੁਏਸੇਰੀ ਹੋ ਸਕਦਾ ਹੈ ਦਸਟੀਨਾਤਾ ਬਣਾਇਆ ਗਿਆ ਅਲ ਰਹਲੈਂਟਾਮੈਂਟੋ ਸਲੋ ਹਣ ਦੇ ਲਈ ਦੇ ਵਾਈਕੂ ਲਈ ਗੱਡੀਆਂ ਦੇ ਇਨ ਉਸ਼ੀਤਾ ਜਦੋਂ ਨਿਕਲਦੀਆਂ ਨੇ ਦਲੇ ਆਉਤੋਸਰਾ ਦੇ ਆਉਤੋਸਰਾ ਦੇ ਤੋ ਵੇਰੋ ਇੱਕ ਕੁਰਸੀ ਆ ਦੀ ਦੇ ਚਲ ਰਸਿਓਂ ਦੀ ਗੱਲ ਪੈ ਕਰਦਾ ਅੱਗੇ ਪੜਾਂ ਦੇ ਕਿਉਂਕਿ ਉੱਥੇ ਸਪੀਡ ਘਟ ਕਰੀ ਦੀਏ ਤੇ ਉਸ ਕੁਰਸੀ ਦੀ ਗੱਲ ਕਰ ਰਿਹਾ ਮੇਰੋ ਜੀ ਹੋ ਸਕਦਾ ਲਾ ਕੁਰਸੀ ਆ ਇਹ ਦਸਤੀਨਾਤਾ ਬਣਾਇਆ ਗਿਆ ਸੋਲੋ ਸਿਰਫ ਅਲਤਰਾਸੀ ਤੋਂ ਚੱਲਣ ਦੇ ਲਈ ਦੇਈ ਪੈਦੋਨੀ ਪੈਦਲ ਦੇ ਫਾਲਸੋ ਕਹਿੰਦਾ ਕੁਰਸੀ ਆ ਸਿਰਫ ਪੈਦਲ ਚੱਲਣ ਵਾਸਤੇ ਬਣਾਇਆ ਗਿਆ ਲਾ ਕੁਰਸੀ ਆ ਕੋਇਸਰੀ ਹੋ ਸਕਦਾ ਹੈ ਦੋ ਪਿਓ ਸੈਂਸੋ ਜੁਰਕਾਸਿਓਨਾ ਕਹਿੰਦਾ ਕੁਰਸੀ ਆ ਦੋ ਪਿਓ ਸੈਂਸੋ ਜੁਰਕਾਸਿਓਨਾ ਹੋ ਸਕਦਾ ਹੈ ਮਤਲਬ ਇਹਦੇ ਟ੍ਰੈਫਿਕ ਆ ਵੀ ਸਕਦੀ ਹੈ ਜਾ ਵੀ ਸਕਦੀ ਹੈ ਫਾਲਸੋ ਇੱਕ ਗੱਲ ਯਾਦ ਰੱਖਣੀ ਹੈ ਸੜਕ ਜਿਹੜੀ ਹੈ ਸੈਂਸੋਨਿਕ ਹੋ ਸਕਦੀ ਹੈ ਦੋ ਪਿਓ ਸੈਂਸ ਹੋ ਸਕਦੀ ਹੈ ਕਰੇ ਜਾਤਾ ਸੈਂਸੋਨਿਕ ਹੋ ਸਕਦਾ ਹੈ ਦੋ ਪਿਓ ਸੈਂਸ ਹੋ ਸਕਦਾ ਹੈ ਲੇਕਿਨ ਕਰੇ ਜਾ ਸੋਰੀ ਕੁਰਸੀ ਆ ਜਿਹੜਾ ਵੇ ਕਦੀ ਵੀ ਦੋ ਪਿਓ ਸੈਂਸੋ ਨਹੀਂ ਹੋਣ ਲਗਾ ਸੈਂਪਰੇ ਹੀ ਸੈਂਸੋਨਿਕ ਹੋਵੇਗਾ ਫਾਲਸੋ ਲਾ ਕੁਰਸੀਆ ਇਹ ਇੱਕ ਪਿਸਤਾ ਰਿਜ਼ਰਵਾਟ ਆ ਕਹਿੰਦਾ ਇੱਕ ਪਿਸਤਾ ਰਿਜ਼ਰਵਾਟ ਆ ਵੇ ਇੱਕ ਰਿਜ਼ਰਵ ਰਸਤਾ ਹੈ ਅਲੇ ਵੇ ਤੂਰੇ ਕਾਰਾਂ ਦੇ ਲਈ ਦਾ ਕੋਰਸਾ ਜਿਹੜੀਆਂ ਰੇਸਾਂ ਲਗੀਆਂ ਹੁੰਦੀਆਂ ਨੇ ਫਾਲਸੋ ਲਾ ਕੋਰਸਾ ਉਸ ਉਰੇ ਲਾ ਕੁਰਸੀਆ ਨੋਂ ਪੋ ਮਾਈ ਐਸਰੇ ਤਰਾਵਰਸਾਤਾ ਕਹਿੰਦਾ ਇਹਨੂੰ ਕਦੀ ਵੀ ਕ੍ਰਾਸ ਨਹੀਂ ਕਰ ਸਕਦੇ ਦਈ ਪੇ ਦੋ ਨਹੀਂ ਜਿਹੜੇ ਪੈਦਲ ਨੇ ਮਤਲਬ ਇਹਨ ਪੈਦਲ ਕ੍ਰਾਸ ਨਹੀਂ ਕਰ ਸਕਦੇ ਫਾਲਸੋ ਅਤਰਾਵਰਸਾਤਾ ਕ੍ਰਾਸ ਮਾਈ ਨੋਂ ਪੋ ਮਾਈ ਐਸਰੇ ਮਤਲਬ ਕਦੀ ਵੀ ਨਹੀਂ ਹੋ ਸਕਦਾ ਮਾਈ ਸੈਂਪਰੇ ਫਾਲਸੋਏ ਇੱਕ ਵੇਰੋਂ ਹੁੰਦਾ ਸੋਪਰਾ ਵੱਲ ਉਤਾਰ ਇਹਦੇ ਨਾਲ ਲਾ ਕੁਰਸੀਆ ਇਹ ਫਰਮਾਤਾ ਕਹਿੰਦਾ ਕੁਰਸੀਆ ਬਣਦਾ ਵੇ ਦਾਦੂਏ ਕਰੇ ਜਾਤੇ ਦੋ ਕਰੇ ਜਾਤਿਆਂ ਦਾ ਮਤਲਬ ਦੋ ਕਰੇ ਜਾਤੀ ਹੋਣ ਤੇ ਕਹਿੰਦਾ ਇੱਕ ਕੁਰਸੀਆ ਬਣਦਾ ਫਾਲਸੋ ਫਰਮਾਤਾ ਬਣਨਾ ਲਾ ਕੁਰਸੀਆ ਇਹ ਉਹ ਨਸਟਰਾ ਦੇ ਖੜੇ ਕੇ ਕੋਰੀ ਮੈਂ ਤੋਂ ਚੱਲਨੇ ਵਾਲੇ ਪੇਲੋਚੇ ਤੇਜ਼ ਫਾਲਸੋ ਨਈ ਚੈਂਤਰੀਆ ਬਿਤਾਤੀ ਸ਼ਹਿਰ ਦੇ ਵਿੱਚ ਚੈਂਤਰੀਆ ਬਿਤਾਤੀ ਚੈਂਤਰੀ ਮਤਲਬ ਹੋ ਗਿਆ ਸੈਂਟਰ ਅਬਿਤਾਤੀ ਜਿੱਥੇ ਰੈਸ਼ਾ ਹੋਣ ਸੋਕਾ ਤੁਸੀਂ ਪਾ ਲੈਣਾ ਹੈ ਚੈਂਤਰੀ ਅਬਿਤਾਤੀ ਮਤਲਬ ਸ਼ਹਿਰ ਕਹਿ ਲੋ ਜਾਂ ਪਿੰਡ ਕਹਿ ਲੋ ਨਹੀਂ ਨਹੀਂ ਦਾ ਮਤਲਬ ਹੁੰਦਾ ਵਿੱਚ ਨਹੀਂ ਚੈਂਤਰੀ ਅਬਿਤਾਤੀ ਸ਼ਹਿਰ ਦੇ ਵਿੱਚ ਸੂਨਾ ਇਸ ਤੇ ਸਾਂ ਕੁਰਸੀ ਆ ਇੱਕ ਹੀ ਕੁਰਸੀ ਆ ਦੇ ਉੱਤੇ ਪੋਸ ਨੂੰ ਸਰਕੂਲਾਰੇ ਚੱਲ ਸਕਦੀਆਂ ਨਹੀਂ ਅਫਯੰਕਾਤੀ ਨਾਲ-ਨਾਲ ਦੋੇ ਮੋਟੋਸਾਈਕਲ ਦੋ ਮੋਟਰਸਾਈਕਲ ਫਾਲਸੋ ਨਾਲ-ਨਾਲ ਕਿਸ ਤਰ੍ਹਾਂ ਕਿ ਇੱਕ ਮੋਟਰਸਾਈਕਲ ਚੱਲਦਾ ਹੈ ਪਏ ਉਹਦੇ ਨਾਲ ਬਿਲਕੁਲ ਬਰਾਬਰ ਆ ਕੇ ਤੇ ਕਹਿੰਦਾ ਦੂਸਰਾ ਮੋਟਰਸਾਈਕਲ ਵੀ ਇੱਕ ਕੁਰਸੀ ਇਹ ਵਿੱਚ ਚੱਲ ਸਕਦੇ ਨੇ ਮਤਲਬ ਦੋ ਜੋੜ ਕੇ ਇਕੱਠੇ ਬਰਾਬਰ ਫਾਲਸੋ ਅੱਗੇ ਪਿੱਛੇ ਉਹ ਕਿ ਚੱਲ ਸਕਦੇ ਨੇ ਲੇਕਿਨ ਅਫਯੰਕਾਤੀ ਨਾਲ-ਨਾਲ ਕੰਦੇ ਨਾਲ ਕੰਦਾ ਮਿਲਾ ਕੇ ਨਹੀਂ ਚੱਲ ਸਕਦੇ ਔਰ ਅਫਯੰਕਾਤੀ ਜਿਹੜਾ ਵੇ ਸੈਂਪਰੇ ਫਾਲਸੋ ਇਹ ਵੇਰੋ ਕੋਈ ਨਹੀਂ ਫੋਰੀ ਦੇ ਚੈਂਤਰੀ ਵੀ ਦਾਤੀ ਹੁਣ ਕਹਿ ਰਿਹਾ ਫੋਰੀ ਦੇ ਚੈਂਤਰੀ ਵੀ ਦਾਤੀ ਸ਼ਹਿਰ ਤੋਂ ਬਾਹਰ ਸੂਨਾ ਸਤੇਸਾ ਕੁਰਸੀਆ ਉਸੇ ਹੀ ਕੁਰਸੀ ਦੇ ਉੱਤੇ ਪੋਸਰੋਂ ਚਿਰਕੁਲਾਰੇ ਚੱਲ ਸਕਦੀਆਂ ਨੇ ਅਫਯੰਕਾਤੀ ਨਾਲ-ਨਾਲ ਦੂਏ ਚੀਕਲਮ ਤੋਰੀ ਦੋ ਮੁਟਰੀ ਨਾ ਜਿਹੜੀਆਂ ਨੇ ਫਾਲਸੋ ਇਹੋ ਚੀਜ਼ੇ ਨਹੀਂ ਚਲ ਸਕਦੀਆਂ ਫਿਨਕਾਤੀ ਫੇਰਾ ਇਹ ਸੈਂਪਰੇਫਾਲਸ ਹੋਏ ਬੇਰੋ ਕੋਈ ਨਹੀਂ ਅੱਛਾ ਜੀ ਹੁਣ ਇੱਥੇ ਕੱਲ ਪੇਜ ਨੰਬਰ 5 ਆ ਗਿਆ ਜੀ ਤੇ ਇੱਥੇ ਗੱਲ ਕਰਨ ਲੱਗੇ ਕੁਰਸੀ ਆਦੀ ਅਚਲੇ ਰਸਿਓ ਨੇ ਅਚਲ ਰਸਿਓ ਦਾ ਕੀ ਮਤਲਬ ਹੁੰਦਾ ਹੈ ਰੇਸ ਵਧਾਣਾ ਆਪਣੀ ਗੱਡੀ ਦੀ ਰੇਸ ਵਧਾਣਾ ਸਪੀਡ ਦੇਣਾ ਇਹਦੀ ਗੱਲ ਕਰਨ ਲੱਗਾ ਦੇਖ ਲਿਨੀਏ ਕਿ ਕੀ ਹੁੰਦਾ ਹੈ ਅੱਛਾ ਜੀ ਇੱਥੇ ਕੁਰਸੀਆ ਚਲੋ ਐ ਵੇਖ ਲਓ ਐ ਵੇਖੋ ਇਹ ਵੇ ਕੁਰਸੀਆ ਦੀ ਅਚਲ ਰਸਿਓ ਨੇ ਇਹ ਲੈਫਟ ਸਾਈਡ ਦੇ ਵੇਖੋ ਇਹੜੀ ਗੱਡੀ ਜਾਂਦੀ ਪਿਆ ਲਿਖਿਆ ਵੀ ਹੈ ਤੇ ਇਹ ਆਉਟੋਸਟਰਾਡੇ ਜਾਂ ਸਟਰਾਡੇ ਇਸੁਰਬਾ ਨੇ ਪ੍ਰਿੰਸੀਪਾਲੇ ਸਮਝ ਲਓ ਇਹੜੀ ਸੜਕ ਇਤੋਂ ਇਤਨੀ ਹੈ ਤੇ ਇਹ ਕੁਰਸੀਆ ਬਾਹਰੋਂ ਜਿਹੜਾ ਇਹਦੇ ਵਿੱਚ ਜਾਣ ਲੱਗਾ ਇਹਦੇ ਸ਼ੈਂਟਰ ਹੋਣ ਲੱਗਾ ਐਸ ਕੁਰਸੀਏ ਨੂੰ ਕੁਰਸੀਆ ਦੀ ਅਚਲ ਰਸਿਓ ਨੇ ਆਦਨੇ ਇਹਦਾ ਕਿਉਂ ਨਾ ਕੁਰਸੀਆ ਦੀ ਅਚਲ ਰਸਿਓ ਨੇ ਵੇ ਕਿਉਂਕਿ ਆウトਸਟ੍ਰਾਡ ਦੇ ਉੱਤੇ ਜਾਂ ਸਟ੍ਰਾਡਾ 100 ਬਾਂ ਦੇ ਪ੍ਰਿੰਸੀਪਲ ਦੇ ਉੱਤੇ ਗੱਡੀਆਂ ਦੀ ਸਪੀਡ ਤੇਜ਼ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਇਸ ਤੋਂ ਐਸ ਕੁਰਸੀਏ ਦੇ ਉੱਤੇ ਤੁਸੀਂ ਆਪਣੀ ਗੱਡੀ ਨੂੰ ਤੇਜ਼ ਕਰਨਾ ਹੈ ਤੇ ਉਸ ਟ੍ਰੈਫਿਕ ਦੇ ਵਿੱਚ ਐਂਟਰ ਹੋ ਜਾਣਾ ਹੈ ਇਸ ਤੋਂ ਇਹਨੂੰ ਕੁਰਸੀਆ ਦੀ ਅਚਲ ਰਸਿਓ ਨੇ ਆਖਦੇ ਨੇ ਤੇ ਇਹ ਸਹੀ ਤਰੀਕੇ ਨਾਲ ਐਂਟਰ ਹੋਣੇ ਵਾਸਤੇ ਵੀ ਮਤਲਬ ਇੱਕ ਕਿਸਮ ਦੀ ਸਹੂਲਤ ਦਿੱਤੀ ਗਈ ਹੈ ਕਿ ਗੱਡੀਆਂ ਸਹੀ ਤਰੀਕੇ ਨਾਲ ਵਿੱਚ ਐਂਟਰ ਹੋ ਸਕਣ ਇਹਨੂੰ ਆਖਦੇ ਨੇ ਕੁਰਸੀਆ ਦੀ ਅਚਲ ਰਸਿਓ ਨੇ ਇਹ ਦੂਸਰੀ ਸਾਈਡ ਤੇ ਵੇਖ ਲਵੋ ਇਹ ਵੀ ਦੱਸ ਦਿੰਨੇ ਆ ਕਿ ਇਹ ਕੁਰਸੀਆ ਦੀ ਦੇਚਲੇ ਰੱਸਿਓ ਨੇ ਐਡਾ ਬਾਹਰ ਨੂੰ ਨਿਕਲਦਾ ਪਿਆ ਐ ਵੇਖੋ ਇਹ ਕਰੇ ਜਾਂਦਾ ਵੇ ਉਤਸਰਾਹ ਦਾ ਤੇ ਇਹ ਗੱਡੀ ਬਾਹਰ ਨਿਕਲਦੀ ਏ ਭਈ ਤੇ ਇੱਥੇ ਤੁਸੀਂ ਜਦੋਂ ਬਾਹਰ ਨਿਕਲਣਾ ਹੈ ਉਤਸਰਾਹ ਦੇ ਵਿੱਚੋਂ ਮੋਟਰਵੇ ਦੇ ਵਿੱਚੋਂ ਤੇ ਆਪਣੀ ਗੱਡੀ ਸਪੀਡ ਘਟ ਕਰਨੀ ਏ ਇਸ ਕੁਰਸੀਏ ਨੂੰ ਕੁਰਸੀਆ ਦੀ ਦੇਚਲੇ ਰੱਸਿਓ ਨੇ ਆਖਦੇ ਨੇ ਅਚਲਰੇਸਿਓ ਨੇ ਐਂਟਰ ਹੋਣੇ ਵਾਸਤੇ ਤੇ ਰੇਸ ਵਧਾਣੇ ਵਾਸਤੇ ਆਪਣੀ ਗੱਡੀ ਦੀ ਸਪੀਡ ਵਧਾਣੇ ਵਾਸਤੇ ਦੇਚਲੇ ਰੱਸਿਓ ਨੇ ਇਥੋਂ ਨਿਕਲਣੇ ਦੇ ਵਾਸਤੇ ਤੇ ਆਪਣੀ ਗੱਡੀ ਨੂੰ ਥੋੜਾ ਸਲੋ ਕਰਨੇ ਵਾਸਤੇ ਤੇ ਇਹਨਾਂ ਕੁਰਸੀਆਂ ਉੱਤੇ ਪੰਜ ਚੀਜ਼ਾਂ ਮਨਾਂ ਨੇ ਫਰਮਾਤਾ ਸੋਸਤਾ ਇਨਵਰਸਿਓਨ ਦੀ ਮਾਰਚਾ ਰੈਟਰੋ ਮਾਰਚਾ ਤੇ ਸੁਰਪਾਸੋ ਉਬਟੇਕ ਵੀ ਇਹ ਪੰਜ ਚੀਜ਼ਾਂ ਇੱਥੇ ਮਨਾਉਂਦੀਆਂ ਨੇ ਅਕਚਲ ਇਹ ਲਾ ਕੁਰਸੀਆ ਦੀ ਇਸ ਲੱਸੀਓ ਨੇ ਕਹਿੰਦੇ ਨੇ ਕੁਰਸੀਆ ਦੀ ਇਸ ਲੱਸੀਆਂ ਨੇ ਫੈਸਿਲਿਤਾ ਇਕ ਸਹੂਲਤ ਐ ਲਿੰਗਰੈਸੋ ਦੇਈ ਵੇਈਕੋਲੀ ਗੱਡੀਆਂ ਦੀ ਐਂਟਰੀ ਵਾਸਤੇ ਇਨ ਆਉਟੋਸਰਾਦਾ ਆਉਟੋਸਰਾਦੇ ਵਿੱਚ ਉਹ ਯਾ ਸੁਸਤਰਾਦਾਕਸ ਪ੍ਰਿੰਸੀਪਾਲੇ ਦੇ ਵਿੱਚ ਵੇਰੋ ਇੰਗਰੈਸੋ ਐਂਟਰੀ ਫਾਚਿਲਿਤਾ ਸਹੂਲਤ ਆਸਾਨੀ ਕਹ ਲੋ ਭਾਵੇਂ ਲਾ ਕੁਰਸੀਆ ਦੀ ਐਟ੍ਰੈਸਿਓਨੇ ਸਰਵੇ ਕਹਿੰਦਾ ਚਾਹੀਦਾ ਹੁੰਦਾ ਹੈ ਜ਼ਰੂਰਤ ਹੁੰਦੀ ਹੈ ਦੀ ਅਦ ਐਂਤਰਾਰੇ ਐਂਟਰ ਹੋਣੇ ਵਾਸਤੇ ਕੋਰੇਟਾਮੈਂਤੇ ਸੇਟਰਾ ਇਨ ਆਉਟੋਸਟਰਾਦਾ ਆਉਟੋਸਟਰਾਦੇ ਵਿੱਚ ਵੇਰੋ ਸਰਵੇ ਮਤਲਬ ਜ਼ਰੂਰਤ ਕੋਰੇਟAMENTE ਸੈਤਰਾ ਔਰ ਸੈਂਪਰੇ ਵੇਰੋ ਇੱਕ ਫਾਲਸੋਏ ਕਯੂ ਜ਼ੇ ਨਾਲ ਲਾਕੁਰਸੀਆ ਦੀ ਅਚੇਲਾਸੀਓਨੇ ਵਿਏਨੇ ਉਤਿਲਿਜ਼ਾਤਾ ਕਹਿੰਦਾ ਵਿਏਨੇ ਉਤਿਲਿਜ਼ਾਤਾ ਮਤਲਬ ਇਸਤੇਮਾਲ ਹੁੰਦਾ ਯੂਜ਼ ਹੁੰਦਾ ਫਿਰ ਆਉਮੈਂਟਾਰੇ ਵਿਧਾਣੇ ਦੇ ਲਈ ਲਾਬਲੁਚਿਤਾ ਸਪੀਡ ਵੇਰੋ ਉਤਿਲਿਜ਼ਾਤਾ ਇਸਤੇਮਾਲ ਯੂਜ਼ ਫਿਰ ਫਿਰ ਦਾ ਮਤਲਬ ਹੁੰਦਾ ਹੈ ਕੇ ਲਈ ਵਾਸਤੇ ਮਤਲਬ ਇਸ ਚੀਜ਼ ਦੇ ਵਾਸਤੇ ਵੇ ਸਪੀਡ ਵਧਾਉਣ ਦੇ ਵਾਸਤੇ ਸਪੀਡ ਬੜਾਣੇ ਕੇ ਲਿਏ ਉਮਨ ਤਾਰੇ ਵਧਾਣਾ ਲਾਬ ਲੁਚਿਤਾ ਸਪੀਡ ਲਕ ਕੁਰਸੀਆ ਦੀ ਅਲਸਿਰਾਸਿਓਨੇ ਸਰਵੇ ਕਹਿੰਦੇ ਚਾਹੀਦਾ ਹੈ ਫਿਰ ਰੀ ਅੰਤਰਾਰੇ ਦੁਬਾਰਾ ਐਂਟਰ ਹੋਣੇ ਵਾਸਤੇ ਸੁੱਲਾ ਕਰੇ ਜਾਤਾ ਕਰੇ ਜਾਤੇ ਦੇ ਉਤੇ ਦਲ ਆਉਤੋਸਟਰਾਦਾ ਜਿਹੜਾ ਆਉਤੋਸਟਰਾਦਾ ਵੇ ਦੋਪੋਕੇ ਸੀ ਉਸ਼ਿਤੀ ਨਿਕਲਣੇ ਤੋਂ ਬਾਅਦ ਦਾਉਨ ਆਰਿਆ ਦੀ ਸਰਵਿਸਿਓ ਆਰਿਆ ਦੀ ਸਰਵਿਸਿਓ ਵੇਰੋ ਆਰੇ ਦੀ ਸਰਵਿਸ ਸਟੇਸ਼ਨ ਆਉਂਦਾ ਉਸ ਰਾਦ ਉੱਤੇ ਜਿਹੜੇ ਕੋਈ ਆਟੋ ਗ੍ਰਿਲ ਵਗੈਰਾ ਬਣੀ ਹੁੰਦੀ ਹੈ ਜਿੱਥੇ ਤੁਸੀਂ ਗੱਡੀ ਰੋਕ ਕੇ ਕੋਈ ਚੀਜ਼ ਖਾਂਦੇ ਪੀਂਦੇ ਹੋ ਜਾਂ ਕੋਈ ਬਾਨੀਓ ਵਗੈਰਾ ਬਣੇ ਹੁੰਦਾ ਜਿੱਥੇ ਉਸ ਜਗ੍ਹਾ ਨੂੰ ਆਰੇ ਦੀ ਸਰਵਿਸ ਸਟੇਸ਼ਨ ਹੈ। ਵੇਰੋ ਕਿਉਂਕਿ ਇਹ ਆਉਤੋਸਰਾ ਦੇ ਕਰੇ ਜਾਤੇ ਵਿੱਚ ਐਂਟਰ ਹੋਣ ਵਾਸਤੇ ਚਾਹੀਦਾ ਹੁੰਦਾ। ਲਾ ਕੁਰਸੀਆ ਦੀ ਸਟਾਜ਼ਿਓਨੇ ਪੂਏ ਏਸੇਰੇ ਹੋ ਸਕਦਾ ਹੈ। ਉਤਲੀ ਜਾਤਾ ਇਸਤਮਾਲ। ਪੇਰ ਇਲ ਸੁਰਪਾਸੋ ਓਵਰਟੇਕ ਦੇਲੇ। ਫਾਲਤੋਲੀ ਸੁਰਪਾਸੋ ਇਨਾ ਕੁਰਸੀਆ ਦੇ ਉੱਤੇ ਮਨਾਂਵੇਂ ਨਹੀਂ ਕਰ ਸਕਦੇ। ਲਾ ਕੁਰਸੀਆ ਦੀ ਸਟਾਜ਼ਿਓਨੇ ਸਰਵੇਪੇਰ ਉਸ਼ੀਰੇ ਕਹਦਾ ਹੈ ਉਸ਼ੀਰੇ ਵਾਸਤੇ ਨਹੀਂ ਨਿਕਲਣ ਵਾਸਤੇ ਦਾਉਨਾ ਪਿਆਜ਼ੁਲਾ ਦੀ ਸੋਸਤਾ ਤੂ ਫਾਲਸੋ ਪਹਿਲੀ ਗੱਲ ਕਿ ਇਹ ਉਸ਼ੀਰੇ ਵਾਸਤੇ ਨਹੀਂ ਹੁੰਦਾ ਇਹ ਹੁੰਦਾ ਹੈ ਐਂਟਰ ਹੋਣੇ ਵਾਸਤੇ ਦੂਸਰੀ ਗੱਲ ਪਿਆਜ਼ੁਲਾ ਦੀ ਸੋਸਤਾ ਜਿਹੜਾ ਵੇ ਇਹਦੇ ਵਾਸਤੇ ਨਾ ਇਹਦੇ ਵਿੱਚੋਂ ਨਿਕਲਣ ਵਾਸਤੇ ਕੋਈ ਕੁਰਸੀਆ ਚਾਹੀਦਾ ਨਾ ਇਹਦੇ ਵਿੱਚ ਜਾਣ ਵਾਸਤੇ ਕੋਈ ਕੁਰਸੀਆ ਚਾਹੀਦਾ ਹੁੰਦਾ ਕਿਉਂਕਿ ਬਿਲਕੁਲ ਕਰੇ ਜਾਦੇ ਦੇ ਨਾਲ ਹੀ ਹੁੰਦਾ ਔਰ ਪਿਆਜ਼ੁਲਾ ਦੀ ਸੋਸਤਾ ਸੈਂਪਰੇ ਫਾਲਸੋ ਦੋ ਵੇਰੋ ਨੇ ਪਿੱਛੇ ਲਫ਼ਜ਼ ਆਇਆ ਸੀ ਪਿਆਜ਼ ਜ਼ੋਲੇ ਦੀ ਸੋਸਤਾ ਐਸੀ ਇਤਿਆਰ ਰੱਖਣਾ ਹੈ ਉਹ ਸੈਂਪਰੇ ਫਾਲਸੋ ਇੱਕ ਵੇਰੋ ਸੀ ਇਹ ਪਿਆਜ਼ੋਲਾ ਦੀ ਸੋਸਤਾ ਹੈ ਸੈਂਪਰੇ ਫਾਲਸੋ ਦੋ ਵੇਰੋ ਨੇ ਲਾ ਕੁਰਸੀਆ ਦੀ ਐਕਸਟ੍ਰੈਸਿਓਨੇ ਸਰਵੇ ਕਹਿੰਦਾ ਚਾਹੀਦਾ ਫਿਰ ਅਬੰਦੋਨਾਰੇ ਛੱਡਣੇ ਦੇ ਲਈ ਲੱਕਰੇ ਜਾਤਾ ਦੈਲ ਆਉਤੋਸਟਰਾਦਾ ਆਉਤੋਸਰਾਦਾ ਐਦ ਇੰਤਰਾਰੇ ਤੇ ਐਂਟਰੋ ਨੇ ਵਾਸਤੇ ਇਹਨੂੰ ਲਾਰੀਆ ਦੀ ਸੋਸਤਾ ਆਰਿਆ ਦੀ ਸੋਸਤਾ ਦੇ ਵਿੱਚ ਮਤਲਬ ਪਾਰਕਿੰਗ ਵਾਲੀ ਜਗ੍ਹਾ 'ਤੇ ਫਾਲਸੋ ये छड़ने वास्ते नहीं एंटर होने वास्त चाहिए अबन दो नारे होंगे छोड़ना छड़ना फिर अबन दो नारे छोड़ने के लिए छड़ने दे ले फालसो लो जी होना गया कुर्स, पेज नंबर छे वे कुर्सी आदि ने आ गया दस दिता कि आउटूसरा निकलने वास्त चाहिए स्पीड घट करी दीदे एक्त भी पांच मना ने sosta, fermata, inversione di marcia, retromarcia, sorpasso. La corsia di decelerazione facilità, che è un'exaulata, uscita dai veicoli, gadinga da nicarne vaste, dall'autostrada, autostrada, vero? La corsia di decelerazione serve, e idea, per uscire, nicarne dallei, correttamente, saetra, da una strada che principale, vero? La corsia di decelerazione serve, e idea, per uscire, nicarne दला करे जाता दल औ करे जातू इंतरा एंटर होने तो वेरो तो वे चीज वेखनी क्योंकि करे जात दल औ तू उशीरे कर दे निकल रहा है लकुरसिए रस्यों ने पोए हो सी जात इस्तेमाल पेरला सोस्ता दे, दे सोस्ते वास्ते पार्किंग वासे, सोस्ता दसिया मना में la sosta sorry la cursilla di destinazioni serve chahiye de, phir entrare entro ne waste in una piazolla di sosta piazolla di sosta de vich falso pehli gal te entro ne waste ni chahiye hunda dusra dassya si ke piazolla di sosta vich na entrone waste koi kursiya chahiye na ede vich koi ede tu nikalne waste kursiya chahiye hunda piazolla di sosta phir a gaya ji sempre falso do vero ne la cursilla di destinazioni serve ਇਚਾ ਇਹਦਾ ਅੱਧ ਐਂਟਰੇ ਐਂਟਰ ਹੋਣੇ ਵਾਸਤੇ ਇਨ ਆਉਟ ਉਸਰਾ ਦਾ ਆਉਟ ਉਸਰਾ ਦੇ ਵਿੱਚ ਫਾਲਸੋ ਜੀ ਇਹਦੇ ਇਚ ਐਂਟਰ ਹੋਣ ਵਾਸਤੇ ਨਹੀਂ ਹੁੰਦਾ ਇਹ ਉਹੀ ਰਿਵਾਸਤਨ ਨਿਕਲਣ ਵਾਸਤਨ ਦਾ ਲੋ ਜੀ ਬੰਕੀ ਪੇ ਨੰਬਰ ਸਾਤੇ ਤੇ ਬੰਕੀ ਨੇ ਦੀ ਗੱਲ ਕਰਨ ਲੱਗਾ ਬੰਕੀ ਨਾ ਕਿਹੜੀ ਜਗ੍ਹਾ ਹੁੰਦੀ ਹੈ ਜਿਹੜੀ ਸੜਕ ਦੀ ਸਾਈਡ ਤੇ ਥੋੜੀ ਜਗ੍ਹਾ ਬਚੀ ਹੁੰਦੀ ਉਹਨੂੰ ਬੰਕੀ ਨਾ ਆਖਦੇ ਨੇ ਇਹਦੇ ਉਤਿਆਮ ਤੌਰ ਤੇ ਗੱਡੀਆਂ ਨਹੀਂ ਚੱਲ ਸਕਦੀਆਂ ਤੇ ਘਰੇ ਜਾ ਤੇ ਤੂੰ ਇਹ ਬਾਰ ਹੁੰਦਾ ਲਾਭਨ ਕੀਨਾ ਨੌਨ ਕੰਸੈਂਟ ਕਹਿੰਦਾ ਇਜਾਜ਼ਤ ਨਹੀਂ ਦਿੰਦਾ ਦੀ ਨੋਰਮ ਆਮ ਤੌਰ ਤੇ ਇਲ ਤਰਾਸੀ ਤੋਂ ਚੱਲਣੇ ਦੀ ਆਈ ਵਹੀਕਲੀ ਗੱਡੀਆਂ ਨੂੰ ਵੇਰੋ ਜੀ ਆਮ ਤੌਰ ਤੇ ਉਹ ਚੱਲਣੇ ਦੀ ਇਜਾਜ਼ਤ ਨਹੀਂ ਹੁੰਦੀ ਨੋਰਮਾ ਦੋ ਮਤਲਬ ਹੁੰਦੇ ਨੋਰਮਾ ਇੱਕ ਕਾਨੂੰਨ ਲੇਜੇ ਵੀ ਲੇਜੇ ਨੂੰ ਯਾਦ ਨੇ ਤੇ ਆਮ ਤੌਰ ਤੇ ਵੀ ਆਉਂਦਾ ਕੰਸੈਂਟ ਤੇ ਇਜਾਜ਼ਤ ਨੌਨ ਕੰਸੈਂਟ ਤੇ ਮਤਲਬ ਇਜਾਜ਼ਤ ਨਹੀਂ ਲਾਭਨ ਕੀਨਾ ਇਹ ਪਾਰਟੀ ਦਾ ਲਸਤਰਾ ਦਾ ਕਹਿੰਦਾ ਬੰਕੀ ਨਾਲ ਵੀ ਪਾਰਟੀ ਦਾ ਲਸਤਰਾ ਸੜਕ ਦਾ ਹਿੱਸਾ ਵੇ ਪੋਸਟਾ ਮੌਜੂਦ ਹੈ ਅਲ ਦੀ ਫੋਰੀ ਬਾਰ ਦਲਾ ਕਰੇ ਜਾਂਦਾ ਕਰੇ ਜਾਂਦੇ ਤੋਂ ਵੇਰੋ ਇਹ ਤੋਂ ਬਾਹਰ ਹੀ ਹੁੰਦਾ ਹੈ la banchina e parte हिस्सा वे della strada सड़क दा situalta oltret kenda ithe maujud e la linea bianca continua citti continuland ti margine किनारे वाली dala kare jata kare jate di vero tasveer vich vekhya si la banchina e riservata kenda e reserve ve aivei koi lane thi slow gaddiyan vaste nille strade una sadkan de vich insalita jehdiya chidai waliya hundiyan matlab je chidai hove ਫਾਲਸੋ ਵਹੀ ਕੋਈ ਲੈਂਥ ਥੀ ਸਲੋ ਗੱਡੀਆਂ ਰਿਜ਼ਰਵ ਕਿਸੇ ਵਾਸਤੇ ਹੋਇਆ ਸੀ ਕਿਉਂਕਿ ਥਿਆਮ ਤੌਰ ਤੇ ਗੱਡੀਆਂ ਚੱਲ ਨਹੀਂ ਸਕਦੀਆਂ ਵਹੀ ਕੋਈ ਲੈਂਥ ਥੀ ਸੈਂਪਰੇ ਫਾਲਸੋ ਦੋ ਵੇਰੋ ਨੇ ਦੋ ਵਹੀ ਵੇਲੋਚੀ ਨਾਲ ਸੁਲੇ ਬੰਕੀ ਨੇ ਕਹਿੰਦਾ ਬੰਕੀ ਨੇ ਉੱਤੇ ਸੁਲੇ ਦਾ ਮਤਲਬ ਹੁੰਦਾ ਹੈ ਉੱਪਰ ਉੱਤੇ ਸੁਲੇ ਹੋ ਗਿਆ ਸੁੱਲੀ ਹੋ ਗਿਆ ਸੂਈ ਹੋ ਗਿਆ ਸੂ ਹੋ ਗਿਆ ਸੁਲੇ ਬੰਕੀ ਨੇ ਬੰਕੀ ਨੇ ਉੱਤੇ ਲਾ ਸੋਸਤ ਦੀ ਵਹੀ ਕੋਈ ਜਿਹੜੇ ਗੱਡੀਆਂ ਦੀ ਪਾਰਕਿੰਗ ਹੈ ਇਹ ਕਨਸੈਂਟੀਤਾ ਇਜਾਜ਼ਤ ਹੈ ਫਿਰ ਉਨ ਮੈਕਸਿਮਮ ਦੇ ਚਿੰਕ ਕੋਰੇ ਮੈਕਸਿਮਮ ਪੰਜ ਘੰਟੇ ਵਾਸਤੇ ਫਾਲਸੋ ਲਬ ਬੰਕੀਨਾ ਡਿਵਾਈਡ ਕਹਿੰਦਾ ਬੰਕੀਨਾ ਡਿਵੀ ਦੇ ਕਰਦਾ ਵਖ ਕਰਦਾ ਲਾ ਕਰ ਜਾਤਾ ਕਰ ਜਾਤੇ ਨੂੰ ਇੰਦੂਏ ਕੁਰਸੀਏ ਦੋ ਕੁਰਸੀਆਂ ਦੇ ਵਿੱਚ ਮਤਲਬ ਇਹਨੂੰ ਤਕਸੀਮ ਸੌਰੀ ਕਰਦਾ ਡਿਵਾਈਡ ਕਰਦਾ ਹੈ ਫਾਲਸੋ ਕਿਉਂਕਿ ਹੁੰਦੇ ਹੀ ਕਰ ਜਾਤੇ ਦੁਬਾਰ ਲਬ ਬੰਕੀਨਾ ਐ ਪਾਰਤੇ ਦਲਾ ਕਰ ਜਾਤਾ ਕਹਿੰਦਾ ਬੰਕੀਨਾ ਰਵੇ ਪਾਰਤੇ ਹਿੱਸਾ ਵੇਦ ਲਾ ਕਰ ਜਾਤਾ ਕਰ ਜਾਤੇ ਦਾ ਸਤੀਨਾਤਾ ਬਣਾਇਆ ਗਿਆ ਹੈ ਅਲਾਸੋਸਤਾ ਦੀ ਵੇਕੁਲੀ ਗੱਡੀਆਂ ਦੀ ਪਾਰਕਿੰਗ ਦੇ फालसो पर मतलब हिस्सा क्योंकि तू तो जा बहार है। इस तू फालसो जी मार्सा पे फुटपाथ भी पढ़ लें अ लास्ट पेज है अठ नंबर मार्सा पे दे फुटपाथ मारचा पे दे, दे कि होंगे ਸੜਕ ਦੀ ਸਾਈਡ ਤੇ ਘਰੇ ਜਾਤੇ ਤੂੰ ਬਾਹਰ ਹੁੰਦਾ ਹੈ। ਸਤਰਾ ਦੇ ਦਾ ਹਿਸਾਬੇ ਲੇਕਿਨ ਘਰੇ ਜਾਤੇ ਤੂੰ ਬਾਹਰ ਹੁੰਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਇਹ ਉੱਚਾ ਬੀਓਸ ਰਾਏ ਤੁਹਾਨੂੰ ਵੇਖਿਆ ਹੁੰਦਾ ਕਿ ਸੜਕ ਦੇ ਨਾਲ ਥੋੜਾ ਜਿਹਾ ਉੱਚਾ ਕਰਕੇ ਬਣਿਆ ਹੁੰਦਾ ਹੈ। ਇੱਕ ਦੂਸਰੀ ਤਰ੍ਹਾਂ ਦਾ ਵੀ ਹੁੰਦਾ ਹੈ। ਨਾਲ ਮਤਲਬ ਬਰਾਬਰ ਵੀ ਹੋ ਸਕਦਾ ਹੈ। ਉਹਦੇ ਉੱਤੇ ਲੈਂਡ ਸੈਂਟਰ ਦੇ ਵਿੱਚ ਲੈਂਡ ਲੱਗੀ ਹੋ ਸਕਦੀ ਹੈ ਕਿ ਇੱਧਰ ਮਾਰਚਾ ਪੇ ਦੇਵੇ, ਇੱਧਰ ਸੜਕ ਜਾਂ ਇੱਧਰ ਪਿਸਤਾਂ ਚ ਖਲਾਬ ਹੀ ਲਵੇ। ਅਗਰ ਤੇ ਮਾਰਚਾ ਪੇ ਇਸ ਫੁੱਟਪਾਥ ਦੇ ਉੱਤੇ ਪਾਰਕਿੰਗ ਵਾਸਤੇ ਡੱਬੇ ਬਣੇ ਹੋਣ ਜਿਹੜੀਆਂ ਗੱਡੀਆਂ ਦੇ ਬਣੇ ਹੁੰਦੇ ਨੇ ਗੱਡੀਆਂ ਵਾਸਤੇ ਫਿਰ ਤੁਸੀਂ ਗੱਡੀ ਇਹਦੇ ਉੱਤੇ ਪਾਰਕਿੰਗ ਵਿੱਚ ਲਾ ਸਕਦੇ ਹੋ ਅਗਰ ਇਹਦੇ ਉੱਤੇ ਉਹ ਲੈਣਾ ਕੋਈ ਨਹੀਂ ਲੱਗੀਆਂ ਪਾਰਕਿੰਗ ਵਾਲੀਆਂ ਤੇ ਫਿਰ ਤੁਸੀਂ ਇਹਦੇ ਉੱਤੇ ਗੱਡੀ ਪਾਰਕਿੰਗ ਵਿੱਚ ਨਹੀਂ ਲਾ ਸਕਦੇ ਇਹ ਨਹੀਂ ਵੇਖਣਾ ਉੱਚਾ ਹੈ ਜਾਂ ਨੀਵੇਂ ਲਾ ਸਕਨੇ ਆ ਨਹੀਂ ਤੁਸੀਂ ਵੇਖਣਾ ਲੈਣਾ ਐਨ ਪਾਰਕਿੰਗ ਵਾਲੀਆਂ ਲਾ ਸਕਦੇ ਹੋ ਲੈਣਾ ਕੋਈ ਨਹੀਂ ਤਾਂ ਨਹੀਂ ਲਾ ਸਕਦੇ ਇਲ ਮਰਚਾ ਫੇਦੇ ਇਹ ਉਹਨਾ 파ਰਟ ਕਿਹਦਾ ਹਿੱਸਾ ਵੇ ਦਲਾ ਸਟਰਾਦਾ ਸੜਕ ਦਾ ਰੀਅਲੀ ਜਾਤਾ ਰੀਅਲ ਜਾਤਾ ਮਤਲਬ ਉੱਚਾ ਵੇ ਉਹ ਜਾਂ ਡੈਲਿਮਿਟਾਤਾ ਇਨ ਆਲਟਰੋ ਮੋਡੋ ਜਾਂ ਡੈਲਿਮਿਟਾਤਾ ਵੇ ਦੀ ਹੱਦ ਬੰਦੀ ਕੀਤੀ ਹੱਦ ਰੱਖੀ ਇਨ ਆਲਟਰੋ ਮੋਡੋ ਹੋਰ ਤਰੀਕੇ ਨਾਲ ਰਿਜ਼ਰਵਾਤਾ ਰਿਜ਼ਰਵ ਹੈ ਆਈ ਪੇ ਦੋਨੀ ਪੈਦਲ ਦੇ ਲਈ ਵੇਰੂ ਇਲ ਮਾਰਚਾ ਪੇ ਦੇ ਫੁੱਟਪਾਥ ਇਹ ਉਹਨਾਂ ਪਾਰਤੇ ਦੇ ਲਸਤਰਾ ਦਾ ਸੜਕ ਦਾ ਹਿੱਸਾ ਹੈ ਰਿਜ਼ਰਵਾਤਾ ਰਿਜ਼ਰਵ ਹੈ ਦੀ ਨੋਰਮ ਆਮ ਤੌਰ ਤੇ ਆਈ ਪੇ ਦੋਨੀ ਪੈਦਲ ਦੇ ਲਈ ਵੇਰੂ ਇਲ ਮਾਰਚਾ ਪੇ ਦੇ ਫੁੱਟਪਾਥ ਕੌਨਸੈਂਟ ਹੈ ਕਹਿੰਦਾ ਇਜਾਜ਼ਤ ਦਿੰਦਾ ਹੈ ਲਾ ਸੋਸਤਾ ਦੇ ਵਹੀਕਲੀ ਗੱਡੀਆਂ ਨੂੰ ਪਾਰਕਿੰਗ ਦੀ ਸੋਲੋ ਕਹਿੰਦਾ ਸਿਰਫ ਤਾਂ ਇਜਾਜ਼ਤ ਦਿੰਦਾ ਹੈ ਇਨ ਪ੍ਰੈਜ਼ੈਂਸ ਆਜੇ ਉਥੇ ਮੌਜੂਦ ਹੋਣ ਦੀ ਆਪੋਜ਼ਿਟੇ ਸਤਰੀਸ਼ੇ ਖਾਸ ਲੈਣਾ ਦੀ ਪਰਕੇਜੋ ਪਾਰਕਿੰਗ ਵਾਲੀਆਂ ਵੇਰਵਾ ਦੱਸਿਆ ਸੀ ਕਿ ਪਾਰਕਿੰਗ ਵਾਲੀਆਂ ਲੈਣਾ ਮੌਜੂਦ ਹੋਣ ਤੇ ਤਾਂ ਇਹਦੇ ਉੱਤੇ ਤੁਸੀਂ ਗੱਡੀ ਪਾਰਕਿੰਗ ਇਸ ਉਸ ਤੇ ਵੀ ਲਾ ਸਕਦੇ ਹੋ ਆਪੋਜ਼ਿਟੇ ਖਾਸ ਤਰੀਸ਼ੇ ਲੈਣਾ ਪ੍ਰੈਜ਼ੈਂਸ ਦਾ ਮਤਲਬ ਹੁੰਦਾ ਮੌਜੂਦ ਮੌਜੂਦਗੀ ਹੋਣਾ ਇਲ ਮਰਚਾ ਪੇਦੇ ਇਹਨਾਂ ਪਾਰਟੇ ਦਲਾ ਸਟਰਾਡਾ ਸੜਕ ਦਾ ਹੈ ਇਸੇ ਆਲ ਦੀ ਫੋਰ ਇਹਦਲਾ ਕਰੇ ਜਾਤਾ ਤੇ ਕਰੇ ਜਾਤੇ ਤੋਂ ਬਾਹਰ ਦਿਸ਼ਤੀਨਾਤਾ ਬਣਾਇਆ ਗਿਆ ਹੈ ਅਲਾ ਸਰਕੂਲੇਸ਼ਨ ਚਲਣ ਦੇ ਲਈ ਦੇਈ ਪੈਦੌਨੀ ਪੈਦਲ ਦੇ ਵੇਰੂ ਇਲ ਮਾਰਚਾ ਪੇਦੇ ਇਹ ਉਹਨਾਂ ਪਾਰਤੇ ਦਾ ਲ ਕਰਿਆ ਜਾਤਾ ਕਹਿੰਦੇ ਕਰਿਆ ਜਾਦੇ ਦਾ ਹਿੱਸਾ ਹੈ ਪਾਰਤੇ ਵੇ ਫਾਲਸੋ ਦੱਸਿਆ ਸੀ ਇਸ ਤੋਂ ਬਾਹਰ ਹੁੰਦਾ ਇਲ ਮਾਰਚਾ ਪੇਦੇ ਇਹ ਉਹਨਾਂ ਪਾਰਤੇ ਦਾ ਸਟਰਾਤਾ ਸੜਕ ਦਾ ਹਿੱਸਾ ਹੈ ਰਿਜ਼ਰਵਾਤਾ ਰਿਜ਼ਰਵ ਹੈ ਆਂਕ ਕਿਲੇ ਵਿੱਚ ਗਲੇ ਤੇ ਕਹਿੰਦਾ ਸਾਈਕਲਾਂ ਵਾਸਤੇ ਰਿਜ਼ਰਵ ਹੈ ਫਾਲਸੋ ਹੀ ਦੱਸਿਆ ਸੀ ਸਾਈਕਲਾਂ ਵਾਸਤੇ ਨਹੀਂ ਹੁੰਦਾ ਇਹ ਪੈਦਲ ਵਾਸਤੇ ਹੁੰਦਾ ਇਲ ਮਾਰਚਾ ਪੇਦੇ ਇਹ ਰਿਜ਼ਰਵਾਤੋ ਕਹਿੰਦਾ ਮਾਰਚਾ ਪੇਦੇ ਦਾ ਰਿਜ਼ਰਵ ਹੈ ਆਈ ਪੈਦੌਨੀ ਪੈਦਲ ਲਈ ई आई वहीकुल गडिया के लिए इन सोस्ता पार्किंग लादियां ने क्वालोरा जदों नौ सिया रियलीजात जो उच्चा नहीं कह रहे जो उचा नहीं उदों ग्डिया वास्ते भी रिजर्व है जड़िया पार्किंग लाइन उन्होंने वास्ते फालतू दस अभी उचा ज नीवा नहीं तो वेखना तो पार्किंग लैंने लगी ला सद नहीं लगियाँ नहीं ला सकते इलमरचा पे दे उन्होंने पारते दल अस्त्र सड़क का हिस्सा है दोवे जिथे दिनोरमा आम तौर पर एक कुंसेंती इजाजत है La sosta, sosta carne di di ciclom no falso ucide mutrina sosta ni carse di lana la ghiin o parking in carse nate nei casi consentita ya consentito consente e da